ਨੂੰ ਯਾਦ ਕਰੋ, ਇੱਕ ਸਲਵਾਤ ਉਹਨਾਂ ਦੀ ਸਲਵਾਤ। ਜਿਹਨਾਂ ਦਾ ਪੜ੍ਹਨ ਵਾਲਾ ਕੋਈ ਨਹੀਂ, ਇੱਕ ਸਲਵਾਤ ਉਹਨਾਂ ਦੀ ਸਲਵਾਤ। ਬਿਸਮਿਲ੍ਲਾਹਿ ਰਹਿਮਾਨਿ ਰਹੀਮ। ਯੋਮਾ ਨਦਉ ਕੁੱਲਾ ਨਾਸਿਨ ਬੇ ਇਮਾਮਿਹਿਮ ਬਾਵਲ ਬੁਲੰਦ ਸਰਵਾ ਜ਼ਿਕਰ ਦੀ ਇੱਜ਼ਤ ਹਾਜ਼ਰੀ ਨੇ, ਸਾਮਈ ਨੇ, ਮਜਲਿਸ ਸ਼ੀਆ ਸੁਨੀ ਭਾਈ, ਕੁਛ ਗੁਫ਼ਤਗੂ ਜੁਮਲਾ ਕਲਮਾ ਇਤਨਾ ਵਾਜ਼ੇ ਨਹੀਂ ਹੁੰਦਾ, ਉਸਦੀ ਸ਼ਰ੍ਹਾ ਕਰਨੀ ਪੈਂਦੀ, ਯਾਨੀ ਕਿ ਥੋੜ੍ਹੀ ਤਫਸੀਲ ਲਿਆ। ਬਸ ਕਲਮਾਤ ਐਸੇ ਹੁੰਦੇ ਨੇ ਕਿ ਜਿਨ੍ਹਾਂ ਦੀ ਸ਼ਰ੍ਹਾ ਦੀ ਜ਼ਰੂਰਤ ਹੈ। ਮਸਲਨ ਸ਼ਿਵਪੁਰਿਓ ਇੱਕ ਸ਼ਖਸ ਚੱਲਿਆ, ਆ ਜਾਏਗੀ ਆ ਜਾਏਗੀ ਆ ਜਾਏਗੀ। ਅਸਲ ਚ ਨਾ ਡੱਬੇ ਨੇ ਬੜੇ ਕਰੀਬ ਲਾਏ, ਤੋ ਆਵਾਜ਼ ਆ ਜਾਏਗੀ ਜ਼ਰਾ, ਤੁਸੀਂ ਟੁਰਨ ਦਿਓ, ਆਵਾਜ਼ ਆ ਜਾਏਗੀ, ਘਬਰਾਓ ਨਹੀਂ, ਆਵਾਜ਼ ਬਹੁਤ ਹੈ ਥੋੜ੍ਹੀ। ਸ਼ਿਖਪੁਰਿਓ ਇੱਕ ਬੰਦਾ ਚੱਲਣ ਲੱਗਾ ਹੈ, ਤੁਹਾਨੂੰ ਕਿਸੇ ਪੁੱਛਿਆ ਕਿੱਥੇ ਜਾ ਰਿਹਾ, ਉਸਨੇ ਕਿਹਾ ਲਾਹੌਰ। ਇਹਦੇ 'ਚ ਕੋਈ ਸ਼ਰ੍ਹਾ ਦੀ ਜ਼ਰੂਰਤ ਨਹੀਂ। ਦੂਸਰਾ ਬੰਦਾ ਪੁੱਛਦਾ ਹੈ ਕਿ ਲਾਹੌਰ ਕਿਹੜੀ ਜਗ੍ਹਾ 'ਤੇ ਜਾ ਰਿਹਾ, ਕਿਉਂਕਿ ਲਾਹੌਰ ਕਾਫੀ ਵੱਡਾ। ਉਹ ਕਹਿੰਦਾ ਜੀ ਮੈਂ ਉਹਦੇ ਗੁਰੂ ਮਾਂਗਟ, ਉੱਥੋਂ ਫਿਰ ਕੈਲਰੀ ਗਰਾਊਂਡ ਅਤੇ ਨਾੜੀਏ ਅਤੇ ਇਸ ਤਰ੍ਹਾਂ, ਯਾਨੀ ਕਿ ਉਹ ਥੋੜ੍ਹੀ ਜਿਹੀ ਬਾਜ਼ਾਰ ਕਰਨਾ। ਇਸ ਤਰ੍ਹਾਂ ਪੁਰਾਣੇ ਮਜੀਦ ਦੇ ਵੀ ਆਯਾਤ ਦੇ ਦੋ ਹਿੱਸੇ ਨੇ। ਇੱਕ ਹਿੱਸਾ ਐਸਾ ਹੈ ਕਿ ਜਿੱਥੇ ਕੋਈ ਵਜ਼ਾਹਤ ਦੀ ਇਤਨੀ ਜ਼ਿਆਦਾ ਜ਼ਰੂਰਤ ਹੈ, ਔਰ ਕੁਝ ਐਸੇ ਹਿੱਸੇ ਨੇ ਕਿ ਜਿਹੜੇ ਤਫਸੀਰ ਤੋਂ ਬਗੈਰ ਸਮਝ। ਮਗਰ ਜਿਹੜੀ ਆਇਤ ਅੱਜ ਮੈਂ ਤਲਾਵਤ ਕੀਤੀ ਹੈ, ਥੋੜ੍ਹਾ ਜਿਹਾ ਉਰਦੂ ਪੜ੍ਹਿਆ ਬੰਦਾ ਵੀ ਇਸਦਾ ਤਰਜਮਾ ਕਰ ਸਕਦਾ, ਬੇਸ਼ੱਕ ਉਹ ਅਰਬੀ ਨਾ ਪੜ੍ਹਿਆ ਹੋਵੇ, ਕਿਉਂਕਿ ਇਹਦੇ ਵਿੱਚ ਜ਼ਿਆਦਾ ਅਲਫਾਜ਼ ਉਹ ਨੇ ਜਿਹੜੇ ਉਰਦੂ ਜ਼ੁਬਾਨ 'ਚੋਂ ਵੀ ਇਸਤੇਮਾਲ। ਯੋਮਾ ਅੱਜ ਵੀ ਯੋਮ ਮਨਾਇਆ ਜਾ ਰਿਹਾ, ਕਿਹੜਾ ਮਨਾਇਆ ਜਾ ਰਿਹਾ, ਯੋਮ ਕਸ਼ਮੀਰ। ਤੋ ਇੱਥੇ ਲਫ਼ਜ਼ ਯੋਮ ਆ ਗਿਆ, ਜ਼ਿਆਦਾ ਯੋਮ ਅਸੀਂ ਵੀ ਆਪਣੀਆਂ ਜ਼ੁਬਾਨ 'ਚੋਂ ਇਸਤੇਮਾਲ ਕਰੀ। ਨਦੋ ਨਦਉ ਦਾਵਤ ਜੋ ਹੈ, ਜਿਵੇਂ ਮਜਲਿਸ ਦੀ ਜ਼ਾਕਰ ਨੂੰ ਦਾਵਤ ਦਿੰਦੇ ਹਾਂ, ਦਾਵਤ 'ਤੇ ਵਲੀਮਾ ਦਿੰਦੇ ਹਾਂ, ਤੋ ਲਫ਼ਜ਼ ਦਾਵਤ ਵੀ ਜਿਹੜਾ ਹੈ ਉਹ ਵੀ ਸਾਡੀ ਜ਼ੁਬਾਨ 'ਚੋਂ ਇਸਤੇਮਾਲ। ਯੋਮਾ ਨਦਉ ਕੁੱਲਾ
ਕੁੱਲ ਵੀ ਸਾਡੀ ਜ਼ੁਬਾਨ ਜੋ ਇਸਤੇਮਾਲ ਹੈ ਯੌਮਾ ਨਦੂ ਉੱਲਾ ਉਨਾਸਿਨ ਨਾਸ ਸਾਡੀ ਜ਼ੁਬਾਨ ਜੋ ਇਸਤੇਮਾਲ ਹੁੰਦਾ ਹੈ ਕਿ ਮੈਂ ਫਲਾਣੀ ਜਗ੍ਹਾ 'ਤੇ ਗਿਆ ਅਤੇ ਉੱਥੇ ਬੜਾ ਹੀ ਅਵਾਮੁਨ ਨਾਸ ਹੋਏ ਕਿਉਂਕਿ ਨਾਸ ਮੁਰਾਦ ਦੇ ਫਰਕ ਇਮਾਮ ਵੀ ਸਾਡੀ ਜ਼ੁਬਾਨ 'ਚ ਇਸਤੇਮਾਲ ਹੁੰਦਾ ਹੈ ਬੇ ਇਮਾਮ ਹਿਮ ਤੋ ਮੇਰੀ ਸ਼ੇਅਰ ਸੁਣੀ ਬਾਈ ਇਹ ਜਿਹੜੀ ਆਇਤ ਮੈਂ ਪੜ੍ਹੀ ਹੈ ਇਹਦੇ ਮਾਨੇ ਵਾਸਤੇ ਕੋਈ ਲੁਗਤ ਖੋਲ੍ਹਣ ਦੀ ਜ਼ਰੂਰਤ ਕੋਈ ਦਰਸ ਚੋਂ ਜਾਣ ਦੀ ਵੀ ਜ਼ਰੂਰਤ ਨਹੀਂ ਬਿਲਕੁਲ ਸਾਦਾ ਜਿਹਾ ਸਾਦੇ ਲਫਾਜ਼ ਨੇ ਅੱਲਾਹ ਪਾਕ ਨੇ ਬਿਆਨ ਜਿਸ ਦਾ ਆਸਾਨ ਤਰਜਮਾ ਬਿਲਕੁਲ ਸੌਖਾ ਤਰਜਮਾ ਕਿ ਅੱਲਾਹ ਪਾਕ ਪੈ ਫਰਮਾਉਂਦੇ ਨੇ ਕਿਆਮਤ ਵਾਲੇ ਦਿਨ ਕਦਣ ਜ਼ਰਾ ਉੱਚਾ ਬੋਲੋ ਕਿਆਮਤ ਵਾਲੇ ਦਿਨ ਦਾਵਤ ਦਿੱਤੀ ਜਾਏਗੀ ਹਰ ਸ਼ਖਸ ਨੂੰ ਚਾਹੇ ਉਹ ਪੜ੍ਹਿਆ ਉਹ ਅਨਪੜ੍ਹ ਉਹ ਸ਼ਹਿਰੀ ਹੈ ਉਹ ਦਿਹਾਤੀ ਹੈ ਉਹ ਛੋਟਾ ਉਹ ਬੜਾ ਹੈ ਉਹਨੂੰ ਦਾਵਤ ਬੁਲਾਇਆ ਬੇ ਇਮਾਮ ਹਿਮ ਆਪਣੇ ਆਪਣੇ ਇਮਾਮ ਇਹ ਹੁਣ ਹਦੀਸ ਨਹੀਂ ਕਿ ਰਾਵੀ ਕੌਣ ਹੈ ਰਾਵੀ ਕਿੱਥੋਂ ਦਾ ਹੈ ਰਾਵੀ ਦਾ ਸ਼ਜਰਾ ਕੀ ਹੈ ਰਾਵੀ ਦਾ ਸੈਰੋ ਸਲੂਕ ਕੀ ਹੈ ਰਾਵੀ ਦਾ ਤੁਰਕ ਕੀ ਹੈ ਨਹੀਂ ਇਸ 'ਤੇ ਬਹਿਸ ਹੀ ਨਹੀਂ ਹੋ ਸਕਦੀ ਇਹ ਤਾਂ ਕੁਰਾਨ ਦੀ ਆਇਤ ਹੈ ਕਿ ਅੱਲਾਹ ਪਾਕ ਫਰਮਾ ਰਹੇ ਨੇ ਕਿਆਮਤ ਵਾਲੇ ਦਿਨ ਮੈਂ ਹਰ ਸ਼ਖਸ ਨੂੰ ਬੁਲਾਵਾਂਗਾ ਉਸਦੇ ਇਮਾਮ ਇਹਦੀ ਜ਼ਰਾ ਸੈਟਿੰਗ ਕਰ ਕੰਨਾਂ 'ਚ ਬਾਹਲਾ ਆਉਂਦਾ ਹੈ ਮਜਮਿਆਂ ਥੋੜ੍ਹਾ ਆਉਂਦਾ ਉਹ ਇਹਦਾ ਡੱਬਾ ਲਾਓ ਥੋੜ੍ਹਾ ਜਿਹਾ ਉਹ ਕੰਨਾਂ ਮੇਰਿਆਂ ਹੀ ਕਿਤਨਾ ਪਿਆ ਹੁੰਦਾ ਵੀ ਮੇਰੇ ਤੋਂ ਬੋਲਣ ਨਹੀਂ ਪਿਆ ਉਹ ਯਾਰ ਕਿਤਨਾ ਨੇੜੇ ਹੋ ਜਾਣੇ ਵਿੱਚ ਨਹੀਂ ਬਣੇ ਚੰਗੇ ਉਹ ਆਉਂਦੇ ਨੇ ਜੀ ਇਹਦੇ ਬਿਲਕੁਲ ਕਰੀਬ ਹੋ ਕੇ ਪੜੋ ਹੁਣ ਇਸ਼ਾਰੇ ਵੀ ਕਰਨੇ ਹੁੰਦੇ ਨੇ ਸਿਰ ਵੀ ਹਿਲਾਉਣਾ ਹੁੰਦਾ ਇਹਦੇ ਕਿਤੇ ਲੱਗ ਹੀ ਨਾ ਜਾਏ ਇਨ ਗੱਲਾਂ ਪਾਕ ਨੇ ਫਰਮਾਇਆ ਕਿਆਮਤ ਵਾਲੇ ਦਿਨ ਹਰ ਸ਼ਖਸ ਨੂੰ ਬੁਲਾਇਆ ਜਾਏਗਾ ਕਿਸ ਦੇ ਨਾਲ ਇਮਾਮ ਕਿਉਂ ਇਹ ਕਿਉਂ ਸਾਡੇ ਤੋਂ ਨਹੀਂ ਪੁੱਛਣੀ ਇਹ ਅੱਲਾਹ ਤੋਂ ਪੁੱਛਣੀ ਕਿਉਂਕਿ ਬੁਲਾਉਣ ਵਾਲੇ ਅਸੀਂ ਨਹੀਂ ਅੱਛਾ ਕਲੀਅਰ ਹੋ ਗਿਆ ਕਿ ਕਿਆਮਤ ਵਾਲੇ ਦਿਨ ਇਮਾਮ ਤੋਂ ਬਗੈਰ ਕੋਈ ਦੂਸਰਾ ਰਸਤਾ ਮਾਸ਼ਾ ਅੱਛਾ ਜਨਾਬ ਉਹ ਕੀ ਆਉਂਦੇ ਨੇ ਫਿਰ ਤੈਨੂੰ ਕੁਝ ਉਹ ਆਉਂਦੇ ਨੇ ਗੇਟ ਦਾ ਉਹਦੇ ਕਰ ਦਿਓ ਡੱਬੇ ਦਾ ਮੂੰਹ ਉਹਦੇ ਕਰ ਦਿਓ ਇਹਦਾ ਜ਼ਰਾ ਮੂੰਹ ਪਿੱਛੇ ਕਰ ਦਿਓ ਯਾਰ ਚਲੋ ਅੱਲਾਹ ਹਾਂ ਜਨਾਬ ਕੀ ਤਰਜਮਾ ਬਣਿਆ ਕਿਆਮਤ ਵਾਲੇ ਦਿਨ ਕਿਹਦੇ ਨਾਲ ਉੱਠਣਾ ਇਮਾਮ
ਯਾਨੀ ਕਿ ਕੋਈ ਸ਼ਖਸ ਅਗਰ ਅੱਲਾਹ ਦੀ ਬਾਰਗਾਹ 'ਚ ਇਕੱਲਾ ਪੇਸ਼ ਹੋਣਾ ਚਾਹੇ ਤਾਂ ਨਹੀਂ ਹੋਵੇ। ਇਮਾਮ ਸਾਡੇ ਤ੍ਰੈ ਨਾਂ ਨੇ, ਤੁਸੀਂ ਮਸ਼ਹੂਰ ਸ਼ੀਆ ਹੈ ਨਾਂ, ਦੋ ਸਾਡੇ ਹੋਰ ਵੀ ਅਸਨਾ ਅਸ਼ਰੀ ਔਰ ਇੱਕ ਨਾਂ ਹੈ ਸਾਡਾ ਇਮਾਮੀਆਂ। ਮਿਸਰ ਚੋ, ਯਮਨ ਚੋ, ਸੋਡਾਨ ਚੋ ਤੁਹਾਨੂੰ ਇਮਾਮੀਆਂ ਆਖਿਆ ਜਾਂਦਾ ਔਰ ਉਹਦੀ ਉਲਮਾ ਨੇ ਵਜ੍ਹਾ ਲਿਖੀ ਹੈ ਕਿ ਸ਼ੀਆਂ ਇਮਾਮੀਆਂ ਕਿਉਂ ਆਖਿਆ ਜਾਂਦਾ ਹੈ। ਉਹਦੀ ਉਹ ਲਿਖਦੇ ਨੇ ਕਿ ਇਹਦੀਆਂ ਦੋ ਵਜ੍ਹਾ ਨੇ। ਇੱਕ ਵਜ੍ਹਾ ਇਹ ਹੈ ਕਿ ਜਿਉਂ ਜੈ ਸ਼ੀਆਂ ਇਮਾਮ ਮਿਲੇ ਨੇ ਕਿਸੇ ਹੋਰ ਨੂੰ ਨਹੀਂ ਮਿਲੇ, ਔਰ ਦੂਸਰਾ ਉਹ ਲਿਖਦੇ ਨੇ ਕਿ ਜਿਵੇਂ ਸ਼ੀਆ ਇਮਾਮ ਦੀ ਪਹਿਚਾਣ ਕੀਤੀ ਹੈ ਕੋਈ ਹੋਰ ਕਰ ਨਹੀਂ। ਸੈਡ ਤੇਰਾ ਬਹੁਤ ਅੱਛਾ ਹੈ, ਸੈਡਿੰਗ ਨਹੀਂ ਤੇਰੇ ਤੋਂ, ਕਿਉਂ ਕਸੀਦੇ ਦੇ ਸ਼ੇਰ ਅੱਛੇ ਹੁੰਦੇ ਨੇ ਅਤੇ ਜ਼ਾਕਰ ਦਾ ਗਲਾ ਖਰਾਬ ਹੋਵੇ ਤਾਂ ਉਸ ਤੋਂ ਪੜ੍ਹਿਆ ਨਹੀਂ ਜਾਂਦਾ। ਗੱਲ ਉਹ ਬਣੀ ਪਈ ਹੈ, ਕੋਈ ਡੱਬਿਆਂ ਦਾ ਮਸਲਾ ਹੈ। ਹੁਣ ਮੇਰੇ ਕੰਨਾਂ ਚੇਂਜ, ਆਵਾਜ਼ ਮੇਰਿਆਂ ਚੇਂਜ ਵੀ ਪਾਉਂਦੀ ਹੈ, ਮੈਂ ਡੋਰਾ ਹੋਇਆ ਪਿਆ, ਪਤਾ ਨਹੀਂ ਫਿਰ ਕੀ ਕੀ ਸਹੀ ਹੈ। ਮੈਂ ਸੁਣਾ ਇਹਦੀ ਅੱਗੇ ਕਿਤੇ ਜਾਣਾ, ਅੱਗੇ ਤਾਂ ਸਪੀਕਰ ਆ ਗਿਆ, ਕੋਈ ਬਟਨ ਦੀ ਉੱਥੋਂ ਫਰਕ ਹੈ ਕੋਈ? ਅੱਛਾ ਦੂਸਰਾ ਤਵਜੋ ਇਸ ਜੁਮਲੇ 'ਤੇ, ਤੁਹਾਡੇ ਕੋਲ ਇਹ ਜਿਹੜੀ ਦੀਵਾਰਾਂ ਬਣਾਉਂਦੇ ਨੇ, ਇਹ ਦੀਵਾਰਾਂ ਇਹਨਾਂ ਨੂੰ ਕੀ ਆਉਂਦੇ ਹੋ, ਰਾਜ ਆਉਂਦੇ ਹੋ ਕਿ ਮਿਸਤਰੀ ਆਉਂਦੇ ਹੋ? ਜੋ ਤੁਸੀਂ ਆਖੋ ਮੈਂ ਉਹ ਆਖਣਾ, ਰਾਜ ਮਿਸਤਰੀ। ਅੱਛਾ ਚਲੋ, ਰਾਜ ਮਿਸਤਰੀ ਜਿਤਨਾ ਵੀ ਦਾਨਾ ਹੋਵੇ, ਜਿਤਨਾ ਤਜਰਬੇਕਾਰ ਹੋਵੇ, ਜਿਤਨਾ ਵੱਡਾ ਕਾਰੀਗਰ ਹੋਵੇ, ਉਹ ਬਗੈਰ ਸਾਲ ਤੋਂ ਦੀਵਾਰ ਸਹੀ ਨਹੀਂ ਬਣਾ। ਉਹ ਕਹਿੰਦੇ ਉਹ ਲਾਟੂ ਜਿਹਾ ਹੁੰਦਾ ਹੈ, ਉਹਦੇ ਨਾਲ ਧਾਗਾ ਬੱਧਿਆ ਹੁੰਦਾ ਹੈ, ਉਹ ਇੱਟ ਨੂੰ ਪਿੱਛੇ ਕਰ ਜਾਂ ਅੱਗੇ ਕਰ ਬਰਾਬਰ। ਅਰਬੀ ਜ਼ੁਬਾਨ ਜੋ ਸਾਲ ਨੂੰ ਇਮਾਮ ਆਖਿਆ ਜਾਂਦਾ, ਕੀ ਆਖਿਆ ਜਾਂਦਾ, ਕਿਉਂ? ਇਸ ਵਾਸਤੇ ਕਿ ਉਹ ਉਸਨੂੰ ਸਹੀ ਕਰਦਾ ਹੈ। ਤੋ ਸਿੱਧਾ ਇਲਾਜ ਕੋਈ ਨਹੀਂ, ਜਿਵੇਂ ਬੜਾ ਪੁਰਾਣਾ ਤਜਰਬੇਕਾਰ ਮਿਸਤਰੀ ਬਗੈਰ ਸਹਲ ਤੋਂ ਦੀਵਾਰ ਨੂੰ ਸਹੀ ਨਹੀਂ ਬਣਾ ਸਕਦਾ, ਇੰਜੇ ਬੰਦਾ ਜਿਹੜਾ ਵੀ ਪੜ੍ਹਿਆ ਹੋਵੇ ਬਗੈਰ ਇਮਾਮ ਤੋਂ ਆਮਾਲ ਨੂੰ ਸਹੀ ਨਹੀਂ। ਖਬਰਦਾਰ, ਮੈਂ ਕਿਸੀ ਫਰਦ ਕੋ ਨਹੀਂ ਬੁਲਾਊਂਗਾ, ਕਿਸੀ ਗਰੋਹ ਕੋ ਨਹੀਂ ਬੁਲਾਊਂਗਾ, ਕਿਸੀ ਮਹੱਲੇ ਵਾਲੇ ਕੋ ਨਹੀਂ ਬੁਲਾਊਂਗਾ, ਮੈਂ ਕਿਸੀ ਸ਼ਹਿਰ ਕਾ ਨਾਮ ਲੈ ਕਰ ਨਹੀਂ ਪੁਕਾਰੂੰਗਾ ਕਿ ਲਾਹੌਰ ਵਾਲੇ ਆ ਜਾਓ, ਕਰਾਚੀ ਵਾਲੇ ਆ ਜਾਓ, ਨਾ 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 ਨਾ।
मैं क़यामत वाले दिन अल्लाह सिर्फ बुलाऊंगा उसको जिसका इमाम होगा। हाँ जनाब, मैं कोई किसे जाकर दी गल की थी है? आलम दी कुरान गाला कटन नाल आज तक मैं मसले विगड़ते वेखे ने सुलझते ये तरबियत की कमी है, माहौल की कमी है, टीचर की कमी है, मुदरस की कमी है, वालदैन की तरबियत की कमी है। गाली गलोच नाल मसाइल हल करने वाले बनू उमैया ने और कुरान और हदीस नाल मसाइल करने वाले आले मुहम्मद। कोई नहीं बहादरी बना मैं उन गाल पहन दी गड्डी मन नहीं नहीं पढ़कां दी चुकी लिखे कि जेड़ा बंदा गाल करता है ओदे जवाब विच उन फरिश्ता को गाल करदा अगर वो बंदा आप ना कटे। बदतहजीबी इख्तलाफ हो सकता है, इख्तलाफ राय हो सकता है, बद अखलाकी इस्लाम इजाजत और इस वास्ते क्योंकि इंसान गुस्से जाके बदतमीजी करता है इस्लाम ने गुस्से दी नमाज भी कबूल और गुस्से दी तलाक भी कबूल है। अल्लाह पाक ने फरमाता कि क्यामत वाले दिन किस नाल उठना है ईमान। ठीक हुण हजूर ने की फरमाया आकाए दो जहान की मम्मात वलम यारिफ इमाम जमाने ही फकत माता मीता तन जहलिया जिसने अपने जमाने के इमाम को ना पहचाना तुम्हें उसे मारने की जरूरत नहीं है वो खुद ही जहालत की मौत है। मेरे शेर सुनी भाई थोड़ी नफरत कम करो फिरकिन कंट्रोल करो गुस्सेन कंट्रोल करो मुबल्लग बनो दीने हक दे बद तहजीबी नाल इस्लाम नहीं फैलिया हकीकत नाल इस्लाम। छोटी छोटी गलते ओ किथे दा किथे टुर जाना दुनिया ते सब तो वड्डा ओ बनदा है जिहदा हौसला वड्डा करबला वालिआं दा वाकिआ क्यों नहीं छुपिआ सीरत अहले बैत नूं भी सुणिआ करो उसे अमल भी कीता करो कुतुब मिल जांदियां ने अपने घर खुद पढ़ो बीवी नूं पढ़ाओ बच्चिआं नूं पढ़ाओ। दो मैं चीज़ां जनाब दे सामने बयान कीतियां ने उहदे कोई मेरा फलसफा नहीं कोई मेरी राय नहीं एक मैं कुरान दी आयत पढ़ी है एक मैं हजूर दी हदीस
ਸਾਬਤ ਹੋਇਆ ਕਿ ਕੁਰਾਨ ਪੜ੍ਹੋ ਤਾਂ ਵੀ ਇਮਾਮ ਜ਼ਰੂਰੀ, ਹਦੀਸ ਪੜ੍ਹੋ ਹੁਣ ਅਗਲਾ ਮਸਲਾ ਔਖਾ ਹੈ। ਇਹ ਮੈਂ ਦੋ ਚਾਰ ਵਾਰੀ ਅੱਗੇ ਵੀ ਇਹ ਮਜਲਿਸ ਪੜ੍ਹੀ ਹੈ, ਪਿਛਲੇ ਸਾਲ ਗੱਲ ਪਰ ਨਹੀਂ ਪੜ੍ਹੀ। ਤੋ ਮੈਂ ਉਹ ਪੁੱਛਿਆ ਲੜਕੇ ਨੂੰ, ਮੈਂ ਕਿਹਾ ਵੀ ਉਹ ਵੀ ਨਿੱਕੀ ਜਿਹੀ ਗਲੀ ਹੈ ਕਿਧਰੇ ਭੁੱਲੀ ਨਾ ਜਾਈ। ਉਹਨੇ ਕਿਹਾ ਜੀ ਨਹੀਂ, ਉਹਨਾਂ ਨਿਸ਼ਾਨੀ ਦਿੱਤੀ ਹੈ ਵੀ ਅੱਡੇ ਤੋਂ ਫਲਾਣੇ ਅੱਡੇ ਤੋਂ ਯੂ ਟਰਨ। ਜਿਹਨੀ ਕਿ ਨਿਸ਼ਾਨੀ ਨਾਲ ਪਹਿਚਾਣ ਹੁੰਦੀ ਹੈ ਨਿਸ਼ਾਨੀ, ਨਿਸ਼ਾਨੀ ਤੋਂ ਬਗੈਰ ਸਮਝ ਨਹੀਂ। ਤੁਸੀਂ ਕਿਤੇ ਤੁਹਾਡੇ 'ਚੋਂ ਕੋਈ ਐਸਾ ਮੇਰਾ ਮਿਹਰਬਾਨ ਬੈਠਾ ਹੋਵੇ ਜਿਹੜਾ ਕਿਤਾ ਹੀ ਪੁਸ਼ਾਬ 'ਚੋਂ ਗੁਜ਼ਰਿਆ ਹੋਵੇ, ਪੁਸ਼ਾਬ 'ਚੋਂ? ਅੱਛਾ ਤੁਸੀਂ ਗੁਜ਼ਰੇ, ਠੀਕ ਤੁਸੀਂ ਉੱਥੇ ਗੁਜ਼ਰੇ ਹੋ ਤਾਂ ਫਿਰ ਨਿਸ਼ਾਨੀ ਦੱਸੋ ਵੀ ਅੱਡੇ 'ਤੇ ਜ਼ਿਆਦਾ ਦੁਕਾਨਾਂ ਕਿਹੜੀ ਸ਼ਾਇਦ ਦੀਆਂ? ਇੱਕ ਮਠਿਆਈ ਦੀ ਕਸਮ ਹੈ, ਪਿਸ਼ਾਬ ਬਣਦੀ ਹੈ ਡੋਡਾ, ਉਹ ਕੋਈ 150 ਦੁਕਾਨ ਹੈ, ਬਹੁਤ ਦੁਕਾਨ ਅਤੇ ਨਾਲ ਰਲੀਆਂ ਨੇ ਜਿਵੇਂ ਆਉਣੀਆਂ ਨਹੀਂ ਰਲੀਆਂ ਰਲੀਆਂ, ਅਤੇ ਸਾਰੀਆਂ ਉੱਤੇ ਲਿਖੇ ਹੈ ਅਸਲੀ ਅਸਲੀ ਔਰ ਪੁਰਾਣੀ ਅਮੀਨ ਡੋਡਾ ਹਾਊਸ। ਮੇਰੇ ਇੱਕ ਮਿਹਰਬਾਨ ਨੇ, ਮੈਂ ਉਹਨਾਂ ਨੂੰ ਫੋਨ ਕੀਤਾ ਵੀ ਮੈਂ ਚਕਵਾਲ ਹਾਂ, ਉਹਨਾਂ ਕਿਹਾ ਉੱਥੋਂ ਦਾ ਟੋਡਾ ਬੜਾ ਮਸ਼ਹੂਰ ਹੈ, ਉਹ ਕੋਕੇ ਲੋਕ ਲਈ ਆਵਿਆ ਜੇ ਚੱਕੀਏ ਸਹੀ ਹੈ ਕੀ। ਉੱਥੇ ਅੱਡੇ ਉੱਤੇ ਹੀ ਇੱਕ ਬੱਚਾ ਹੈ, ਉਹਦੀ ਛੋਟੀ ਜਿਹੀ ਦੁਕਾਨ ਹੈ, ਮੋਮਨਾ ਦਾ ਬੱਚਾ। ਹੁਣ ਮੈਂ ਆਖਿਆ ਵੀ ਤੂੰ ਇੱਥੋਂ ਦਾ ਰਹਿਣ ਵਾਲਾ, ਤਿੰਨ ਪਤਾ ਹੈ ਮੈਂ ਤੁਹਾਨੂੰ ਸਭ, ਇਹ ਸਾਰਿਆਂ ਅਸਲੀ ਲਿਖੇ ਹੈ। ਹੁਣ ਮੈਂ ਤਾਂ ਨਹੀਂ ਜਾਣਦਾ, ਨਾ ਹੈ ਮੈਂ ਗੈਬ ਜਾਣਨਾ, ਨਾ ਮੈਨੂੰ। ਹੁਣ ਅਗਰ ਤੁਸੀਂ ਸੁਣ ਸਕੋ ਤਾਂ ਮੈਂ ਤੁਹਾਨੂੰ ਸੁਣਾਉਂਦਾ। ਉਸ ਬੱਚੇ ਮੈਂ ਨਾ ਕਿਹਾ ਬਾਬਾ ਜੀ ਇਹ ਅੱਡੇ ਉੱਤੇ ਸਾਰੇ 2 ਨੰਬਰ ਨੇ, ਅਸਲੀ ਜਿਹੜਾ ਹੈ ਉਹ ਤਾਂ ਸ਼ਹਿਰ ਵਿੱਚ ਬੈਠਾ ਹੈ। ਲਿਖੇ ਆ ਤਾਂ ਸਾਰੇ ਹੀ ਅਸਲੀ, ਕਿਹਦੇ ਜਾਏ ਬੰਦਾ? ਉੱਥੇ ਕਾਰ ਵੀ ਨਹੀਂ ਜਾਂਦੀ, ਜਾਂ ਸਾਈਕਲ 'ਤੇ ਜਾਣਾ ਜੀ ਜਾਂ ਮੋਟਰਸਾਈਕਲ। ਜਿਵੇਂ ਹੁਣੇ ਮੈਂ ਤੁਹਾਡੀ ਖਿਦਮਤ 'ਚੋਂ ਮੋਟਰਸਾਈਕਲ 'ਤੇ ਹੀ ਹਾਜ਼ਰ ਹੋਇਆ, ਆਹ ਗੜੀ ਦੇ ਡਰ ਤੋਂ ਮੈਂ ਕਿਧਰੇ ਬੰਦ ਨਾ ਹੋ ਜਾਵਾਂ। ਅੱਛਾ ਹੁਣ ਪਿਰਾ ਬੈਠੇ ਹਾਂ, ਛੋੜੋ ਯਾਰ ਉਮਤ ਬਣੋ ਨਬੀ ਦੀ, ਉਮਤ ਦਾ ਰਿਸ਼ਤਾ ਵੱਡਾ ਜੇ, ਉਮਤ ਦਾ ਰਿਸ਼ਤਾ ਵੱਡਾ ਜੇ, ਪਿਓ ਦਾ ਰਿਸ਼ਤਾ ਛੋਟਾ ਹੈ, ਮਾਂ ਦਾ ਰਿਸ਼ਤਾ ਛੋਟਾ ਹੈ, ਭੈਣ ਦਾ ਰਿਸ਼ਤਾ ਛੋਟਾ ਹੈ, ਧੀ ਦਾ ਰਿਸ਼ਤਾ ਛੋਟਾ ਹੈ, ਬੀਵੀ ਦਾ ਰਿਸ਼ਤਾ ਛੋਟਾ ਹੈ, ਇਹ ਮੌਤ ਦੇ ਬਾਅਦ ਇਹ ਫਨਾ ਨੇ, ਸਾਰੇ ਰਿਸ਼ਤੇ ਖਤਮ। ਉਮਤ ਦਾ ਰਿਸ਼ਤਾ ਕਿਆਮਤ ਵਾਲੇ ਦਿਨ ਤੁਸਾਂ ਉਮਤ ਬਣ ਕੇ ਉੱਠਣਾ ਹੈ, ਉਮਤ ਬਣ ਕੇ। ਔਰ ਹਜ਼ੂਰ ਦੀ ਉਮਤ ਹੋਣਾ ਇਸ ਤੋਂ ਵੱਡਾ ਸ਼ਰਮ ਹੈ। ਬਦਬਖਤ ਨਾ ਹੋ ਜਾਏ ਬੰਦਾ, ਸ਼ਰਮ ਬਹੁਤ। ਮੇਰੇ ਸ਼ੇਸ਼ਵਰੀ ਭਾਈ, ਲੜਾਈਆਂ ਬੜੀਆਂ ਹੋ ਗਈਆਂ, ਝਗੜੇ ਬੜੇ ਹੋ ਗਏ, ਨਫ਼ਰਤਾਂ ਬੜੀਆਂ ਹੋ ਗਈਆਂ, ਫਿਰਕਾ ਵਾਰੀਅਤ ਬੜੀ ਹੋ ਗਈ, 70,000 ਬੰਦਾ ਜ਼ਿਆਦਾ ਤੋਂ ਲੈ ਕੇ ਹੁਣ ਤੱਕ ਬੇਗੁਨਾਹ ਮਾਰਿਆ ਗਿਆ, ਫੌਜ ਮਾਰੀ ਗਈ, ਪੁਲਿਸ ਮਾਰੀ ਗਈ, ਦੁਕਾਨਦਾਰ ਮਾਰੇ ਗਏ, ਤਾਜਰ ਮਾਰੇ ਗਏ, ਉਹ ਜਿਨ੍ਹਾਂ ਦੇ ਘਰ ਜਨਾਜ਼ਾ ਗਿਆ ਉਹਨਾਂ ਨੂੰ ਪੁੱਛੋ ਬੰਦੇ ਦੀ ਕੀਮਤ ਕੀ।
ਕਿਆ ਅੱਲਾਹ ਔਰ ਅੱਲਾਹ ਦਾ ਰਸੂਲ ਸਾਡੇ ਲੜਨ 'ਤੇ ਖੁਸ਼ ਨੇ ਕਿ ਇਕੱਠਿਆਂ ਹੋਣ 'ਤੇ? ਜਿਸ ਬਾਪ ਦੇ ਦੋ ਪੁੱਤਰ ਜੁਦਾ ਕਰ ਦਿੱਤੇ ਜਾਣ, ਉਹ ਬਾਪ ਖੁਸ਼ ਹੁੰਦਾ ਕੀ ਹੁੰਦਾ? ਉੱਚਾ ਬੋਲੋ, ਉੱਚਾ ਬੋਲੋ। ਬਲਕਿ ਇੱਥੋਂ ਤੱਕ ਨਹੀਂ ਆਉਂਦਾ ਵੀ ਇਸ ਤੋਂ ਬਚਿਆ ਜੇ, ਬੜਾ ਮੇਰੇ ਘਰ ਅਮਨ ਆਈ ਤੈਸ ਤੋਂ। ਭਾਈ ਰੱਖੋ ਆਪਣੇ ਸੀਨੇ 'ਤੇ ਹੱਥ ਅਤੇ ਸੁਣੋ ਰੱਤ ਵਾਲੇ ਦੀ ਗੱਲ, ਤੇਰਿਆਂ ਤੂੰ ਪੁੱਤਰਾਂ ਨੂੰ ਕੋਈ ਜੁਦਾ ਕਰ ਛੜੇ ਅਤੇ ਤੂੰ ਹੁਣ ਕਿਆਮਤ ਤੱਕ ਮਾਫ਼ ਨਾ ਕਰੇ, ਅਤੇ ਜਿਨ੍ਹਾਂ ਮੌਲਵੀਆਂ ਉਮਤ ਅਤੇ ਮੁਹੰਮਦ ਨੂੰ ਤਕਸੀਮ ਕਰ ਛੜਿਆ, ਨਬੀ ਸੀਨੇ ਨਾਲ ਆ ਲਏਗਾ? ਖੁਦਾ ਵਾਸਤੇ ਦੋਵੇਂ ਕਰ ਮਿਹਨਤ ਮੰਨੋ, ਮਸਾਇਲ ਨੂੰ ਮਸਾਇਲ ਨਾਲ ਸਮਝੋ, ਤੁਸੀਂ ਤਾਕਤ ਨਾਲ ਨਾ ਸੁਣੋ। ਕੁਰਾਨ ਸ਼ੀਆਂ ਦਾ ਵੀ ਏ ਅਤੇ ਸੁਨੀਆਂ ਦਾ ਵੀ ਏ, ਦਿਓਬੰਦੀਆਂ ਦਾ ਵੀ ਹੈ। ਕਿਸੇ ਐਵੇਂ ਬਾਲ ਗੱਲ ਕਰ ਛੜੀ ਵੀ ਕਿਆਮਤ ਵਾਲੇ ਦੇ ਮਾਂ ਨਾਲ ਉੱਠਣਾ ਹੈ, ਮਾਂ ਦੇ ਲਫ਼ਜ਼ ਵਾਸਤੇ ਉਮਾ ਹੈ, ਇਮਾਮ ਨਹੀਂ ਆਇਆ। ਦੂਸਰਾ ਉਮਾਹਾਤ ਆਇਆ, ਇਮਾਮ ਨਹੀਂ। ਇਮਾਮ ਉਲ ਮੋਮਿਨੀਨ ਆਖੀਦਾ ਨਬੀ ਦੀਆਂ ਬੀਵੀਆਂ ਕਿ ਉਮਾਹਾਤ ਉਲ ਮੋਮਿਨੀਨ ਆਖੀਦਾ? ਇਹ ਐਵੇਂ ਕਿਸੇ ਕਰ ਜੇ ਅੰਮਾ ਨਾਲ ਉੱਠਣਾ ਹੈ ਤਾਂ ਹੁਣ ਬਾਬਾ ਆਦਮ ਕਿਹਦੇ ਨਾਲ ਉੱਠੇਗਾ? ਅੰਮਾ ਆਵਾ ਕਿਹਦੇ ਨਾਲ ਉੱਠੇ? ਬਸ ਬਾਲਾਂ ਵਾਲੀਆਂ ਗੱਲਾਂ ਨੇ ਅੱਛੀਆਂ। ਮਾਂ ਵੱਡੀ ਹੁੰਦੀ ਹੈ ਕਿ ਪਿਓ? ਪਿਓ ਵੱਡਾ। ਔਲਾਦ ਦੀ ਜੰਨਤ ਮਾਂ ਦੀਆਂ ਕਦਮਾਂ 'ਚ, ਅਤੇ ਮਾਂ ਹੁੰਦੀ ਹੈ ਔਲਾਦ ਦੇ ਪਿਓ ਦੀਆਂ ਕਦਮਾਂ 'ਚ। ਉਹਨੂੰ ਜਿਹੜੀ ਗੱਲ ਮੈਂ ਤੁਹਾਨੂੰ ਮਿਸਾਲ ਤੌਰ 'ਤੇ ਸੁਣਾਈ ਹੈ ਉਹ ਖੁਸ਼ਾਬ ਵਾਲੇ, ਉਹਨੇ ਕਿਹਾ ਵੀ ਇਹਨਾਂ 'ਚੋਂ ਅਸਲੀ ਅਈ ਮੁਸਾਫਰ ਲੈਂਦੇ ਨੇ, ਮੁਸਾਫਰ ਕੋਲ ਟਾਈਮ ਹੀ ਨਹੀਂ ਤਹਿਕੀਕ ਕਰਨ ਦਾ। ਦੁਨੀਆ ਦੀ ਸਭ ਤੋਂ ਗੰਦੀ ਤਰੀਨ ਸ਼ੈ ਭਾਵੇਂ ਇਸਤੇਮਾਲ ਵਾਲੀ ਹੋਵੇ ਅਤੇ ਭਾਵੇਂ ਖਾਣ ਵਾਲੀ ਹੋਵੇ, ਜਾਂ ਉਹ ਰੇਲਵੇ ਸਟੇਸ਼ਨ 'ਤੇ ਵਿਕਦੀ ਜਾਂ ਲਾਰੀ ਅੱਡੇ, ਕਿਉਂ ਉੱਥੇ ਹਰ ਕਿਸੇ ਨਾ ਬੁਰਾ ਤਫਰੀ ਜਿਹੜੀ ਸ਼ੈ ਕਿਧਰੇ ਨਾ ਵਿਕੇ ਉੱਥੇ। ਅੱਲਾਹ ਅਕਬਰ। ਉਹਨੇ ਕਿਹਾ ਜੀ ਉਹ ਮੈਂ ਤੁਸੀਂ ਹੁਣ ਮਜਲਿਸ ਪੜ੍ਹਾਓ ਅਤੇ ਵਾਪਸੀ, ਅਤੇ ਮੈਂ ਕੋਈ ਕਿਸੇ ਬੱਚੇ ਦੀ ਮਿਹਨਤ ਕਰਨਾ ਤਾਂ ਤੁਹਾਨੂੰ ਕਿਲੋ ਉੱਥੋਂ ਸ਼ਹਿਰੋ, ਸਾਡਾ ਤਾਂ ਵਾਕਫ ਆਈ ਸਾਨੂੰ ਦੱਸ ਛੜਿਆ, ਅਤੇ ਜਿਹਨਾਂ ਦਾ ਉੱਥੇ ਵਾਕਫ ਹੀ ਕੋਈ ਨਹੀਂ, ਉਹਨਾਂ ਲੈਣਾ ਕਿ ਨਹੀਂ ਲੈਣਾ? ਨਾ ਸ਼ੀਆਂ ਦਾ ਕਸੂਰ ਮੈਂ ਗਿਣਿਆ ਅਤੇ ਨਾ ਮੈਂ ਸੁਨੀਆਂ ਦਾ ਗਿਣਿਆ। ਮੈਂ ਛੋਟੀ ਮਿਸਾਲ ਦਿੰਦਾ, ਜੇ ਇਤਫਾਕ ਹੋਵੇ ਤਾਂ ਹਾਂ ਕਰ ਦਿਆ, ਜੇ ਨਹੀਂ ਲੜਾਈ ਕੋਈ ਨਹੀਂ। ਅੱਛਾ, ਮੇਰੇ ਘਰ ਮਹਿਮਾਨ ਆ ਗਏ, ਮੈਂ ਪੁੱਛ ਬੈਠਾ ਵੀ ਚਾਹ ਪੀਣੀ ਹੈ? ਉਹਨਾਂ ਕਿਹਾ ਪੀਣੀ। ਬਾਜ਼ਾਰ ਗਿਆ ਅਤੇ ਮੇਰੇ ਸਾਹਮਣੇ ਦੁਕਾਨਦਾਰ ਦੁੱਧ ਨੂੰ ਮਿਲਾਵਟ ਕਰ ਰਿਹਾ, ਉਹਦੇ ਸੁੱਕਾ ਪਾਊਡਰ ਵੀ ਪਾ ਰਿਹਾ ਸੀ, ਮੁਬਲੈਲ ਪਾ ਰਿਹਾ ਸੀ, ਹਲਕੀ ਜਿਹੀ ਗਰੀਸ ਪਾ ਰਿਹਾ ਸੀ। ਮੈਂ ਵੀ ਟੀ ਵੀ ਤੋਂ ਹੀ ਨੁਸਖਾ ਸੁਣਿਆ, ਬੰਦੇ ਸਮਝੋ ਕਿ ਮੈਂ ਬਣਾਉਣਾ। ਆਹ ਫੜਿਆ ਨੇ ਅਗਲੇ ਦਿਨ ਬੰਦਾ, ਤੁਹਾਨੂੰ ਪੁੱਛਿਆ ਨੇ ਵੀ ਆਹ ਵੀ ਕਿਵੇਂ ਬਣਾਉਣਾ। ਅੱਛਾ, ਉਹਦੇ ਵਿੱਚ ਆ ਜਿਹੜਾ ਤੁਹਾਡਾ ਉਹ ਕਾਲਾ ਜਿਹਾ ਆਉਂਦਾ, ਹੁਣ ਕੀ ਆਉਂਦੇ ਹੋ ਸਿੰਘਾੜਾ, ਇਹਨੂੰ ਵੀ ਯਾਨੀ ਕਿ ਸਹੀ ਹੈ ਗਾੜਾ ਹੋ ਜਾਏ।
ਹੁਣ ਮੇਰੇ ਸਾਹਮਣੇ ਉਹ ਬਣਾਉਂਦਾ ਪਿਆ, ਮੇਰੇ ਸਾਹਮਣੇ ਮੈਂ ਅੱਖੀ ਵੇਖ ਲਿਆ, ਘਰ ਮਹਿਮਾਨ ਬੈਠੇ, ਲੈਣਾ ਕਿ ਨਹੀਂ ਲੈਣਾ? ਨਹੀਂ ਸਹੀ ਧੜੇ ਬੰਦੀ ਦੀ ਗੱਲ, ਲੈਣਾ ਉਹ ਮਹਿਮਾਨਾਂ ਨੂੰ ਕੀ ਜਾ ਕੇ ਆਖਾਂ ਮੈਂ? ਅਗਰ ਇਸ ਗੱਲੋਂ ਵੀ ਉਹਨਾਂ ਨਹੀਂ ਨਾ ਪਿਵਾਈ ਵਾ ਮਿਲਾਵਟ ਵਾਲਾ, ਉਹਨਾਂ ਆਖਣਾ ਹੈ ਉਹ ਤੌਬਾ ਤੌਬਾ ਕਰੋ, ਇਹ ਬਸ ਹੈ ਪਿਵਾਣੀ ਨਹੀਂ ਸਸ ਮਜਬੂਰ ਲੋਕ ਘਰੋ ਆ ਗਏ, ਦਫ਼ਤਰ ਛੱਡ ਕੇ ਆ ਗਏ, ਬੱਚੇ ਛੱਡ ਕੇ ਆ ਗਏ, ਇੱਥੇ ਆ ਕੇ 9-10 ਵਜੇ ਆ ਕੇ ਮਿੱਟੀ 'ਤੇ ਬੈਠ ਗਿਆ, ਸ਼ਾਮ ਖਤਮ ਹੋਣ ਤੱਕ ਬੈਠੇ ਰਹਿ, ਆਪਣੀ ਆਖਰਤ ਵਾਸਤੇ ਬੈਠੇ ਰਹਿ, ਤੁਸਾਂ ਤਾਂ ਕਿਆਮਤ ਵਾਲੇ ਦਿਨ ਬਖੀ ਜਾਣਾ ਹੈ, ਫੜਿਆ ਅਸਾਂ ਜਾਣਾ ਹੈ ਵੀ ਉਮਤ ਮੇਰੀ ਤੁਹਾਡੇ ਅੱਗੇ ਮਿੱਟੀ 'ਤੇ ਬੈਠੀ ਆਈ, ਸੌਦਾ ਦਿੱਤਾ ਕਿਹੋ ਜਿਹਾ? ਸ਼ੀਆਂ ਦਾ ਕਸੂਰ ਕੀ ਹੈ, ਸੁਨੀਆਂ ਦਾ ਕਸੂਰ? ਜਿਹਨਾਂ ਠੇਕਾ ਲਿਆ ਦੀਨ ਦਾ, ਮਿਲਾਵਟ ਉਹ ਪੈ ਕਰਦੇ ਨੇ, ਪਬਲਿਕ ਤੇ ਨਹੀਂ ਪੈ ਕਰਦੇ, ਆਵਾਮ ਤੇ ਨਹੀਂ। ਇਸ ਵਾਸਤੇ ਅੱਲਾਹ ਦੇ ਹਬੀਬ ਨੇ ਫਰਮਾਇਆ ਮੇਰੀ ਕਰੋੜ ਜਾਨ ਜੁੱਤੀ ਤੋਂ ਕੁਰਬਾਨ, ਹਜ਼ੂਰ ਫਰਮਾਇਆ ਕਿਆਮਤ ਵਾਲੇ ਦਿਨ ਮੇਰੀ ਉਮਤ ਦਿਆਂ ਦੂਹ ਬੰਦਿਆਂ ਵਾਸਤੇ ਬੜਾ ਭਾਰਾ ਦਿਨ ਹੋਏਗਾ, ਮੇਰੀ ਉਮਤ ਦਿਆਂ ਦੂਹ ਬੰਦਿਆਂ। ਕਿਸੇ ਕਿਹਾ ਜੀ ਕਿਹੜਾ ਕਿਹੜਾ? ਹਜ਼ੂਰ ਫਰਮਾਇਆ ਇੱਕ ਹਕੀਮ ਹੈ, ਡਾਕਟਰ ਹਕੀਮ, ਅਤੇ ਦੂਸਰਾ ਆਲਿਮ। ਲੋਕਾਂ ਕਿਹਾ ਜੀ ਕੰਮ ਦੋ ਹੀ ਚੰਗਾ ਕਰਦੇ ਨੇ, ਇੱਕ ਦੀਨ ਦੱਸਦਾ ਇੱਕ ਸਿਹਤ ਠੀਕ ਕਰਦਾ। ਫਰਮਾਇਆ ਬਿਲਕੁਲ ਉਹਨਾਂ ਦੇ ਅੰਦਰ ਰੋਗ ਹੈ, ਉਹ ਦੋਵੇਂ ਇਸ ਕੰਮ ਨੂੰ ਤਿਜਾਰਤ ਬਣਾ ਲੈਣਗੇ, ਉਹ ਸ਼ਫਾ ਵੇਚੇਗਾ, ਇਹ ਇਸਲਾਮ। ਉਹਨੂੰ ਹੀ ਪਤਾ ਹੈ ਮਰਦ ਦਾ ਇਲਾਜ ਕੀ ਹੈ, ਅਤੇ ਉਹਨੂੰ ਹੀ ਪਤਾ ਹੈ ਮਸਲੇ ਦਾ ਹੱਲ ਕੀ ਹੈ, ਉਹ ਵੀ ਛੁਪਾਏਗਾ। ਤੁਸੀਂ ਤਾਂ ਕਿਆਮਤ ਵਾਲੇ ਦਿਨ ਛੁੱਟੇ ਟੁੱਕੇ ਯਾਰ ਰਸੂਲਾ, ਅਸੀਂ ਗਏ ਸਾਂ, ਸਾਰਾ ਦਿਨ ਬੈਠੇ ਰਹਿ ਸਾਂ, ਸਾਨੂੰ ਦੱਸਿਆ ਆ ਗਿਆ। ਜ਼ਿੰਮੇਵਾਰੀ ਨਹੀਂ ਪੂਰੀ ਕਰ ਰਿਹਾ ਆਪਣੀ, ਬੜਕਾਂ ਅਤੇ ਚੌਕੇ ਛਿੱਕੇ। ਉਹ ਮੈਂ ਅਗਲੇ ਦਿਨ ਪਤਾ ਨਹੀਂ ਕਿੱਥੇ ਪੜਨਗੀਆਂ। ਮੈਂ ਉਹਨਾਂ ਨੂੰ ਕਿਹਾ ਬਾਬਾ ਜੀ ਤੁਸੀਂ ਹੌਲੀ ਹੌਲੀ ਪੜ੍ਹਦੇ ਹੋ, ਲੱਗੇ ਰਹਿੰਦੇ ਹੋ, ਅਤੇ ਇੰਜੇ ਨਾ ਅੱਜ ਨਾ 20-20 ਖੇਡੋ। ਹੁਣ ਜਿਸ ਬਦਬਖਤ ਨੂੰ ਇਹ ਨਹੀਂ ਪਤਾ ਕਿ ਮਜਲਸੇ ਹੁਸੈਨ ਨਿਜਾਤ ਹੈ, ਅਤੇ ਉਹ ਇੱਕ ਖੇਲ ਦੇ ਨਾਲ ਤਸ਼ਬੀਹ ਦਿੰਦਾ ਹੈ, ਉਸ ਬਦਬਖਤ ਦਾ ਵੀ ਕੋਈ ਇਲਾਜ ਹੈ? ਉਹ ਪਿੱਛੇ ਕੋਈ 2 ਸਾਲ ਦੀ ਗੱਲ ਹੈ, ਕੋਈ ਕੱਪ ਜਿੱਤਿਆ ਨੇ ਪਤਾ ਨਹੀਂ 20 ਵਾਲਾ ਕਿ ਕੀ ਕ੍ਰਿਕਟ ਵਾਲਿਆ, ਉਹ ਜੀ ਜੋ ਮੈਸੇਜ ਚੜ੍ਹੇ ਜਿਹਦੇ ਜਾਈਏ ਹਰ ਬੰਦਾ ਚੜ੍ਹੇ ਪਿਆ ਪਾਕਿਸਤਾਨ ਜਿੱਤ ਗਿਆ। ਮੈਂ ਕਿਹਾ 1000 ਵਾਰੀ ਹਰਿਆ ਵੀ ਹੈ, ਅਤੇ ਜੇ ਐਡੇ ਹੀ ਸ਼ੌਕ ਜੇ ਜਿੱਤਣ ਦੀ ਮੈਸਨ ਚਾੜਨ ਦਾ, ਅਤੇ ਮੁੰਡਾ ਉਹ ਸਾਰੇ ਮੁਸਲਮਾਨ ਉਮਤ ਬਣ ਕੇ ਚੜ੍ਹੋ ਮੌਲਾ ਅਲੀ ਦਾ ਇੱਕ ਮੈਸੇਜ ਚੜ੍ਹੋ ਜਿਹੜਾ ਅੱਜ ਤੱਕ ਹਰਿਆ ਹੀ ਨਹੀਂ ਨਾ। ਸਭ ਕੁਛ
ਸਬਤ ਹੋਇਆ ਬਈ ਇਮਾਮ ਤੋਂ ਬਗੈਰ ਕਿਆਮਤ ਵਾਲੇ ਦਿਨ ਗੁਜ਼ਾਰਾ ਕਿ ਮੈਂ ਕਹਿ ਰਿਹਾ ਕਿ ਅੱਲਾਹ ਦਾ ਕੁਰਾਨ ਅਤੇ ਮੈਂ ਜਿਸੇ ਕੁਰਾਨ ਇਹ ਕਹਿ ਰਿਹਾ ਅਤੇ ਮੈਂ ਜ਼ਰੂਰੀ ਵਿੱਚ ਆਪਣਾ ਲੋਹੀ ਤਲਣਾ ਕਿ ਮੈਂ ਕਹਿਤਾ ਹੂੰ ਇਹ ਅਜ਼ਾਬ ਬਣਿਆ ਇਸਲਾਮ ਵਿੱਚ ਕਿ ਹਾਕਮ ਤਬਦੀਲ ਹੁੰਦੇ ਰਹੇ ਹਰ ਹਾਕਮ ਆਪਣਾ ਲੁਚ ਤਰਦਾ ਰਿਹਾ ਮੈਂ ਕਹਿਤਾ ਹੂੰ ਮੈਂ ਕਹਿਤਾ ਹੂੰ ਮੈਂ ਕਹਿਤਾ ਹੂੰ ਅੱਲਾਹ ਦੇ ਰਸੂਲ ਇੱਕੋ ਗੱਲ ਕਰ ਚੜੀ ਕਿ ਕਿਸੀ ਹਾਕਮ ਕਾ ਕਹਿਣਾ ਇਸਲਾਮ ਨਹੀਂ ਹੈ ਮੇਰਾ ਕਹਿਣਾ ਹੈ ਜਿਸੇ ਬੰਦਾ ਬੰਦਾ ਚੌਧਰੀ ਬਣ ਜਾਏਗਾ ਤਾਂ ਫਿਰ ਦੀਨ ਦਾ ਹਾਲ ਹੀ ਕਿਉਂ ਅਫਸੋਸ ਪਹਿਲੇ ਸਮਝੋ ਫਿਰ ਬਿਆਨ ਕਰੋ ਪਹਿਲੇ ਸਮਝੋ ਅਬੂਰ ਹਾਸਲ ਡਰਾਈਵਰੀ ਦਾ ਲਸੰਸ ਘਰ ਬੈਠਿਆ ਲੱਭ ਜਾਂਦਾ ਕੀ ਕਰਦੇ ਨੇ ਉਹ ਟਰਾਈ ਦਿੰਦੇ ਨੇ ਇੱਟਾਂ ਰੱਖਦੇ ਨੇ ਆਉਂਦੇ ਨੂੰ ਇਹਨਾਂ ਵਿੱਚੋਂ ਕੱਢਣੇ ਟਾਇਰ ਅਤੇ ਬੈਕ ਕਰ ਕੋਈ ਪੜ੍ਹਨ ਵਾਲੇ ਵੀ ਮਿਹਰਬਾਨੀ ਕਰਨ ਕਿਸੇ ਇਦਾਰੇ ਨਾਲ ਤਲਕ ਰੱਖਣ ਕੋਈ ਮਸਲਾ ਅੱਗੇ ਪਿੱਛੇ ਹੋਵੇ ਤਾਂ ਪੁੱਛ ਕੇ ਪੜ੍ਹਨ ਅਗਰ ਆਪਣੀ ਰਾਏ ਅਖਤਿਆਰ ਕਰ ਲਏਗਾ ਤਾਂ ਉਹ ਰੱਤੂ ਵਾਲੀ ਦਾ ਮੁਖਾਲਫ ਨਹੀਂ ਹੋਏਗਾ ਉਹ ਅੱਲਾਹ ਔਰ ਅੱਲਾਹ ਦੇ ਰਸੂਲ ਉਹ ਮੰਨੋ ਜੋ ਕੁਰਾਨ ਹੈ ਜਾਂ ਨਬੀ ਦਾ ਅਸਾਂ ਜਨਾਜ਼ੇ ਚਾਹ ਜਾ ਕੇ ਥੱਕ ਪਏ ਹਾਂ ਉਹ ਸ਼ੁਰੂ ਹੋ ਜਾਓ ਆਪਣਾ ਸਰਕਾਰੇ ਅਮੀਰੇ ਹਮਜ਼ਾ ਅਮੀਰੇ ਹਮਜ਼ਾ ਤੋਂ ਜਨਾਜ਼ੇ ਚਾਹਣ ਲੱਗੇ ਹਾਂ ਫਿਰ ਜਾਫਰੇ ਤਿਆਰ ਦਾ ਚਾਇਆ ਹੈਦਰੇ ਕਰਾਰ ਦਾ ਚਾਇਆ ਸਵਾਬੇ ਕਰਾਮ ਦੇ ਜਨਾਜ਼ੇ ਚਾਏ ਆਲੇ ਨਬੀ ਦੇ ਜਨਾਜ਼ੇ ਚਾਏ ਫਿਰ ਅੱਗੋਂ ਮੰਨਣ ਵਾਲਿਆਂ ਦੇ ਚਾਏ ਕਿਉਂ ਸਾਨੀ ਚੁਣ ਚੁਣ ਕੇ ਕਿਉਂ ਮਾਰਿਆ ਗਿਆ ਸਿਰਫ ਇੱਕੋ ਗੱਲ ਸੀ ਹਾਕਮਾਂ ਦਾ ਹੀ ਪੈਸੇ ਵੀ ਲਓ ਜਾਇਦਾਦਾਂ ਵੀ ਲਓ ਮੇਰੇ ਨਾਲ ਲੱਗ ਜਾਓ ਸਾਡੀਆਂ ਕੋਈ ਰੂਹਾਂ ਅਤੇ ਖੂਨ ਚੰਗਾ ਸੀ ਅਸੀਂ ਕਿਹਾ ਵੀ ਜਨਾਜ਼ਾ ਚਾ ਲਾਂਗੇ ਰਸੂਲ ਦਾ ਪਾਰਾ ਨਹੀਂ ਸਭ ਤੋਂ ਜ਼ਿਆਦਾ ਮਜ਼ਹਬ ਦੇ ਨਾਂ 'ਤੇ ਜਿਸ ਕੌਮ ਨੂੰ ਕਤਲ ਕੀਤਾ ਗਿਆ ਉਹ ਮਜ਼ਹਬ ਸ਼ੀਆ ਹੈ ਔਰ ਫਿਰ ਮੁਤਵੱਕਲ ਦੇ ਦੌਰ 'ਚ ਉਹਦੇ ਵੀ ਐਲਾਨ ਹੋਇਆ ਸੀ ਬਈ ਕੋਈ ਦੱਸ ਦੇਵੇ ਵੀ ਕੋਈ ਰਹਿ ਗਿਆ ਇਹ ਵੀ ਐਲਾਨ ਹੋਇਆ ਬਈ ਕੋਈ ਦੱਸ ਦੇਵੇ ਵੀ ਮੈਂ ਕੋਈ ਛੱਡਿਆ ਉਹ ਫਿਰ ਇੱਕ ਬੰਦਾ ਬੋਲਿਆ ਉਹਨੇ ਕਿਹਾ ਵੀ ਇੱਕ ਤਰੀਕਾ ਹੈ ਕਿ ਉਸ ਆਖਿਆ ਵੀ ਤੂੰ ਐਲਾਨ ਕਰਵਾ ਬਹਾਦਰਤ ਇਮਾਮ ਹੁਸੈਨ ਅਲੈਹਿ ਸਲਾਮ ਦੀ ਰੋਜ਼ਾ ਪਾਕ ਦੀ ਜ਼ਿਆਰਤ ਮੈਂ ਖੋਲ੍ਹ ਦਿੱਤੀ ਸ਼ੀਆਂ ਨਿਕਲ ਆਉਣਾ ਜਿੱਥੇ ਜਿੱਥੇ ਹਾਂ ਲਿਆਦਾ ਐਲਾਨ ਹੋਇਆ ਬਈ ਹਜ਼ਰਤ ਇਮਾਮ ਹੁਸੈਨ ਦੇ ਰੋਜ਼ੇ ਦੀ ਜ਼ਿਆਰਤ ਖੁੱਲ੍ਹ ਗਈ ਹੈ ਵੀ ਜੇ ਜਿਸ ਕਰਨੀ ਹੈ ਕਰ ਲਵੇ ਉਹ ਬੱਚਾ ਇੱਕ ਸੁਣਦਾ ਸੀ ਪਿਆ ਹੋਇਆ ਸੀ ਕੋਈ 11-12 ਸਾਲਾਂ ਦਾ ਉਹ ਜਿਸ ਸੁਣਿਆ ਐਲਾਨ ਤੋਂ ਪੈਦਾ ਗਿਆ ਅਤੇ ਪੈਦਾ ਗਿਆ ਪਿਓ ਉਹਦਾ ਕੇ ਫੌਤ ਹੋ ਗਿਆ ਸਿਰਫ ਮਾਂ ਹੀ ਆਈ ਅਤੇ ਮਾਂ ਦਾ ਇੱਕੋ ਹੀ ਆਈ ਉਸ ਆਖਿਆ ਅੰਮਾ ਅੰਮਾ ਮੁਬਾਰਕ ਹੋ ਵੀ ਜ਼ਿਆਰਤ ਖੁੱਲ੍ਹ ਗਈ
ਉਹ ਜਿਸੇ ਮਾਂ ਪੁੱਤਰ ਜ਼ਿਆਰਤ ਵਾਸਤੇ ਆਏ ਅਤੇ ਅੱਗੇ ਸਿਪਾਹੀ ਖੜ੍ਹੇ ਸਨ, ਉਹਨਾਂ ਕਿਹਾ ਜੀ ਕਾਨੂੰਨ ਥੋੜ੍ਹਾ ਜਿਹਾ ਬਦਲਿਆ, ਜ਼ਿਆਰਤ ਤਾਂ ਖੁੱਲ੍ਹ ਗਈ ਹੈ ਪਰ ਥੋੜ੍ਹਾ ਜਿਹਾ ਕਾਨੂੰਨ 'ਚੋਂ ਫਰਕ ਪੈ ਗਿਆ, ਬਈ ਇੱਕ ਬੰਦਾ ਜ਼ਿਆਰਤ ਕਰੇ ਅਤੇ ਇੱਕ ਬੰਦਾ ਜਾਨ ਦੇਵੇ। ਲਾ ਇਲਾ ਇਲਾ ਮੁਹੰਮਦ ਰਸੂਲਾ ਅਲੀ ਨੁਵੈਲਾ, ਇਹ ਰਵਾਇਤ ਦੇ ਲਫਜ਼ ਨੇ ਵੀ ਉਸ ਬੱਚੇ ਆਖਿਆ ਅੰਮਾ ਅੰਮਾ ਸਸਤਾ ਸੌਦਾ ਪਿਆਉਂਦਾ ਹੀ ਮਿਹਨ ਬਣਾ ਦੇ ਜਾ। ਹੁਣ ਉਹ ਵੀ ਤਾਂ ਪੁੱਤਰ ਹੀ ਹੈ, ਹੁਣ ਪਿਓ ਬੁਲਾਉਂਦਾ ਰਹਿੰਦਾ ਅਤੇ ਪੁੱਤਰ ਬੋਲਦਾ ਹੀ ਨਹੀਂ। ਉਹ ਪਿਓਆਂ ਦਾ ਪੁੱਤਰ ਕਿਹਦੇ ਚੱਲਿਆ, ਉਹ ਆਬਾ ਇੱਥੇ ਹੀ ਆ। ਇਹ ਕਿਉਂ ਹੋਇਆ ਤੁਹਾਡੇ ਨਾਲ ਐਸਾ ਕਿ ਅਸਾਂ ਸੀਰਤ ਨੂੰ ਛੋੜਿਆ? ਕੰਨ ਲੁਤਫ ਦੇ ਆਦਿ ਯੋਗ ਹੈ, ਲੁਤਫ ਦੇ ਇਸਮਾਇਲ ਵੀ ਤਾਂ ਪੁੱਤਰ ਹੀ ਆਈ। ਬਾਪ ਨੇ ਕਿਹਾ ਖਾਬ ਏ, ਉਹਨੇ ਕਿਹਾ ਬਾਬਾ ਨਬੀ ਦਾ ਖਾਬ ਏ ਪੂਰਾ। ਇੱਕ ਬੰਦਾ ਮਾਂ ਪਿਓ ਜੋ ਹੀ ਨਹੀਂ ਤਾਂ ਸਾਰੇ ਮੁਹੰਮਦ ਦਾ ਕੀ ਹੋਣਾ? ਤਰਬੀਅਤ ਕਰੋ ਔਲਾਦ ਨੂੰ, ਦੱਸੋ ਮਾਂ ਬਾਪ ਦੇ ਹਕੂਕ ਕੀ ਨੇ। ਔਲਾਦ ਨੇੜੇ ਟੱਲੇ ਲੱਗ ਗਏ, ਮੇਜ਼ਾਂ 'ਤੇ ਟੱਲੇ ਲੱਗ ਗਏ, ਲਾਲਾ 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 ਬੇਮਕਸਦ ਪੜ੍ਹਾਈ ਨਾ ਬੋਲੋ ਠੀਕ ਆ। ਹਾਂ ਜਨਾਬ, ਬਾਤ ਖਤਮ। ਜਨਾਬ ਦੀ ਰਹਿਮਤ ਕੁਮਾਰ ਮੇਰਾ ਅੱਲਾ ਸਿਰਫ ਇਤਨਾ ਅਹਿਸਾਨ ਕਰ ਦੇ, ਜਿਸ ਵਕਤ ਦੋ ਨੰਬਰ ਖੁਦਾ ਬਣ ਗਏ ਨੇ ਅਤੇ ਦੋ ਨੰਬਰ ਇਮਾਮ ਨਹੀਂ ਬਣ ਸਕਦੇ। ਨਬੀ ਦੋ ਨੰਬਰ ਬਣੇ, ਫਕੀਰ ਦੋ ਨੰਬਰ ਬਣੇ, ਅਫਸਰ ਦੋ ਨੰਬਰ ਬਣੇ। ਆਹ ਕਰਾਚੀ ਉਹ ਬੜੇ ਨੇ, ਉਹਨਾਂ ਉਹ ਲੈਂਦੇ ਸਨ, ਉਹ ਐਕਸਾਈਜ਼ ਦੇ ਅਫਸਰ ਬਣੇ ਸਨ ਅਤੇ ਗੱਡੀ ਉਹਨਾਂ ਰੱਖੀ ਸੀ, ਉੱਤੇ ਗੌਰਮੈਂਟ ਦੀ ਸਟਿੱਕ ਵੀ ਲਾਈ, ਲੁੱਟਦੇ ਫਿਰਦੇ। ਮੇਰਾ ਨਾ ਸਿਰਫ ਨਿਸ਼ਾਨੀ ਦੱਸ ਦੇ ਤਾਂ ਕਿ ਮੈਂ ਭੁੱਲ ਨਾ ਜਾਂ, ਕਿਉਂ ਜਿਹਦੇ ਕੋਲ ਨਿਸ਼ਾਨੀ ਹੋਵੇ ਉਹ ਭੁੱਲਦਾ। ਕਈ ਵਾਰੀ ਅਸੀਂ ਜ਼ਾਕਰੀ 'ਚ ਪਿੰਡਾਂ 'ਚ ਸ਼ਹਿਰਾਂ 'ਚ ਫਰਕ ਲੱਗਦਾ, ਤਾਂ ਫਿਰ ਫੋਨ ਕਰੀਦਾ ਤਾਂ ਉਹ ਸਾਨੂੰ ਕੋਈ ਨਿਸ਼ਾਨੀ ਦੇ ਦਿੰਦੇ ਨੇ ਜਾਂ ਉਹ ਇਹ ਆਉਂਦੇ ਨੇ ਵੀ ਤੁਸੀਂ ਆਪਣੀ ਨਿਸ਼ਾਨੀ ਦੇ ਦਿਓ, ਤੁਹਾਡੀ ਗੱਡੀ ਦਾ ਰੰਗ ਕੀ ਹੈ ਅਤੇ ਨੰਬਰ ਕੀ। ਉਹ ਸਾਨੂੰ ਦੱਸਿਆ ਜੀ ਗੱਡੀ ਚਿੱਟੀ ਹੈ, ਨੰਬਰ 501 ਕਰੋਲਾ। ਉਹਨਾਂ ਕਿਹਾ ਬਾ ਠੀਕ, ਉਹਨਾਂ ਸਾਨੂੰ ਆਪ ਹੀ ਯਾਦ ਦੇ ਛੱਡਿਆ। ਕਿਉਂ ਦੇ ਛੱਡਿਆ? ਪੁੱਛਾਂ ਬੋਲੋ ਸਰ, ਮੇਰਾ ਅੱਲਾ ਕੋਈ ਨਿਸ਼ਾਨੀ ਸੁਭਾਨ ਕਿ ਸੱਚੇ ਇਮਾਮ ਦੀ ਕੋਈ ਨਿਸ਼ਾਨ। ਸੂਰਾ ਯਾਸੀਨ ਦੀ ਪਹਿਲੀ ਮੁਬੀਨ ਸੁਭਾਨ ਆਵਾਜ਼ ਏ ਕੁਦਰਤ ਆਈ ਆ, ਮੈਂ ਤੈਨੂੰ ਦੱਸ ਦੇਨਾ ਵਕੁੱਲਾ ਸ਼ਾਇਨ ਅਹਸਵਾਏ ਨਾ ਹੋ ਫੀ ਇਮਾਮ ਮੁਬੀਨ। ਫਰਮਾਇਆ ਸੱਚੇ ਦੀ ਨਿਸ਼ਾਨੀ ਇੱਕੋ ਹੀ, ਉਹ ਮਾਂ ਦੀ ਗੋਦ ਤੋਂ ਲੈ ਕੇ ਕਬਰ ਦੀ ਲਾਤ ਤੱਕ ਨਾ ਤਖਤੀ ਲੈਂਦਾ ਹੈ, ਨਾ ਕਾਇਦਾ ਲੈਂਦਾ ਹੈ, ਨਾ ਪੂਰਨੇ ਪਵਾਉਂਦਾ ਹੈ, ਨਾ ਸਕੂਲ ਜਾਂਦਾ ਹੈ। ਦੁਨੀਆ ਪੁੱਛਣ ਵਾਲੀ ਹੁੰਦੀ ਹੈ ਜੋ ਦੱਸਣ ਵਾਲਾ ਤ੍ਰੈ ਮੁਬੀਨਾ ਯਾਨੀ ਕਿ ਇਸਤੇਮਾਲ ਹੋਇਆ, ਉਹ ਤੋਂ ਮੁਬੀਨ ਕੁਰਾਨ ਪਾਕ 'ਚ ਬਹੁਤ ਦਫਾ ਹੈ। ਰਾ ਲਾ ਰਤਬਿਨ ਵਲਾ ਯਾਬਿਸਿਨ ਇਲਾ ਫੀ ਕਿਤਾਬ ਮੁਬੀਨ, ਕਿ ਕਾਇਨਾਤ ਦੀ ਕੋਈ ਖੁਸ਼ਕੋਤਰ ਸ਼ੈ ਐਸੀ ਨਹੀਂ ਜਿਹੜੀ ਕਿਤਾਬ ਮੁਬੀਨ 'ਚ ਮੌਜੂਦ ਨਹੀਂ। ਕੁੱਲੋ ਯਕਤਿਬੋ ਫੀ ਲੋਹਿਨ ਮਹਫੂਜ਼, ਲੋਏ ਮਹਫੂਜ਼ ਜੋ ਹਰ ਸ਼ਹਿਰ। ਔਰ ਫਿਰ ਤੀਸਰੇ ਮਕਾਮ 'ਤੇ ਫਰਮਾਇਆ ਵਾ ਕੁੱਲਾ ਸ਼ਾਇਨ ਆਸਵਾਏ ਨਾ ਹੋ ਫੀ ਇਮਾਨ। ਬਾਤ ਖਤਮ ਹੋ ਗਈ। ਕਿਤਨੇ ਇਮਾਮ ਨੇ ਸਾਡੇ, ਜ਼ਰਾ ਉੱਚਾ ਬੋਲੋ। ਬਾਏ ਠੀਕ ਹੋ ਗਏ।
پہلے امام دا نام علی مولا علی. ہاں ہوں تو طارق جمیل صاحب بھی یاد چڑیا رولا مکا. ہاں انہیں کیا میں بھی حضرت علی کہتا تھا. چند دن مجھے پہلے خیال آیا حضرت تو اور بھی بہت ہیں. مولا علی مولا اور پھر کہتے ہیں بہت اچھا کیا بہت اچھا کیتا نے قریب کرنے کی کوشش کی جڑا بھی قریب کرے مہربانی اچھی لڑان والا برا ہے سمجھان والا اچھا. انہیں کہا بھی میں شیعہ ٹھیک ہی کہتے ہیں علی مولا ہے. پہلے امام کیڑے جی مولا اور آخری محمد مہدی. لو جناب ویڈیو پڑھنی پی نہ لڑائی نہ جھگڑا نہ گالی نہ گلوچ نہ توہین نہ بد اخلاقی نہ بد تہذیبی نہ زندگی کیتی ہے نہ کو کرنی ہے جڑی سیرت اہل بیت اس تک رہنے اگے نہیں جانا. اسلام ساری مرضی قیاس کا نام نہیں اللہ اور رسول کی مرضی. پہلے امام مولا علی نے تے آخری سرکار مادی نے 12 دا نام لے کے تے کسے ایک دا ثابت کر دیو جڑا کائنات دے کسے بندے کو پچھن گیا ہوئے یا پڑھن گیا ہوئے. اور ایک جملہ مزید اضافہ کر دیے لوگ سماعت بہت شاید بڑا ایک جملہ خدا کی کل خدائی میں نہ کوئی محمد مصطفیٰ جیسا خدا کی کل خدائی میں نہ کوئی محمد مصطفیٰ جیسا بھلا ہوگا کیسے کہ مصطفیٰ کے مصطفیٰ جیسا یہ دونوں عالم میں سارے بڑی شان والے نہ کوئی نماز جیسا نہ کوئی حق عطا جیسا جس کے دل میں حسین و بادشاہ حسین کو سلام پیش کرے حسین دیو جس کے دل میں جتنا حسین کو بولے حسین دیو دنیا تے کوئی ایسا عالم ایسا سکالر ایسا مجتہد ایسا مرجع ایسا شیخ الحدیث ایسا اپنے اپنے شعبے دا بڑا بندہ کسے آکھیا ہوئے بھی آؤ جو پوچھنا ہے میرے کو پوچھ لو. وہ کون علی مولا علی آکھیا نا سنے دے رکھا نا نہیں لے. اچھا کون سن مولا چھپ کے آ گیا وہ پھر کو بندے بڑے لائق سن لائق بندے ہر دور جو ہے تو بڑے چوکھے لائق بڑے شوخے لائے وہ کہتے کہ بابے آدم دی اجامت گئے کی کسی کچھ چلیاں اسے مولا علی کے اندر ایک ہوکا نکلیا تو مالک اشتر نے پوچھا یا علی ہوکا فرمایا سکھ تو نہیں نکلتا دکھ تو ہی نکلتا دکھ ہوئے کی تو سرکار فرمایا میں انہاں کھلی آفر دیتی جو مرضی ہے میں صرف زمینا نہیں آسمان بھی جاننا بھی اتنے کی سبحان اللہ یہ کو بابے اعظم نہیں جانا
کوئی آندا میں کھا کے گیا تے دکھ لگا ہے کہ جیڈا میں عالم ساں اتنا میں تو پوچھیا نہیں گیا جتنا میں سخی ہاں اتنا منگیا نہیں گیا گزارش یہ ہے ڈیٹ سے بڑا پیا میں اگر اسی اپنے تھی اس سنو آسان طریقہ ہے میرا تبلیغ دا آسان طریقہ میرے خیال جو میری بھی پنجی مجلساں اگر تھی بغور سن لو تو تھی بہترین اپنی فیملی دے محلے دے دوستان دے بہترین مبلغ بن سکتے کیونکہ ایک بدتمیزی کوئی نہیں میری تقریر بد اخلاقی کوئی نہیں میری تقریر قرآن حدیث سے دلیل تو بار میں جانا نہیں یہ اچھی گل ہے سوکھا جہا ہو جاؤ گے آسان ہو جاؤ گے باقی ہر کسی کی سوچ اپنی ہے حقیقت یہ ہے کہ دین دے شعبے ترے نے اور میں دلائل دے انبار لا دیا دو شعبے نہیں اس مجلس دے ترائے شعبے نے سنن والے پڑھن والے اگو تھی بولو اج تو میں پڑھ کے آیا افسا آباد کے نال اتنے میں پہنچ گیا 10:30 بجے تو انہوں نے 1:15 بجے کھڑا کیا تو گل ایک ہی کرتے رہے ہیں بجے سامعین نہیں تو یہ مطلب سامعین بھی برابر دے اچھا کئی بار ایسا ہوتا ہے کہ سامعین آ جاتے ہیں ایک سال ایسے مجلس سے ہی بڑا روڈ بند سی تو میں نہیں سان سکیا توڑ آیا نہیں سان سک آج نہیں جتوں مڑتی ہے کی ہونا بند روڑیاں کی حالت ہی کوئی حالت ہی کوئی تو پڑھنا کی سی جس میں آئے ہی نہیں اچھا تو پڑھن والا بھی ضروری ہے سنن والا بھی ضروری نہیں چلو سنن والا بھی آ گیا ہے آپس کی گل ہے کہڑا کوئی غیر بیٹھا ہے پڑھن والا بھی آ گیا سنن والا بھی آ گیا تو بانی آتا میں کرن دے ہی نہیں خدا دے بندے تین دے شعبے ترائے نے بڑی ایک نکی جی گل کر کے صاحب کا جملہ پڑھن لگا پیدا کرن والا اجا بولو اللہ رازق مالک یوم الدین ایاک نعبد چلو اللہ تے ہو گیا اے جی رسول دی تے اول الامر دیا دو عطاطا نے یہ کیوں نہیں وہ خدا دے بندے رازق اللہ ہے مالک اللہ ہے چلو میں مثال دینا میں مجلس پڑھ رہا ہوں مجلس پڑھن دے بعد میں بانی نانا بھی میں ترائے نیازاں لینیا وہ کہے گا شاہ توں کلے پڑھیا ہے دو دن میں کتوں دیا وہ میرا اللہ رازق توں مالک توں خالق توں اپنی اطاعت کروا توں قرآن ہی لکھ دیتا ہے واجی رسول مولے لمرے میں یہ دو اضافی کیوں آواز قدرت آئی یہ کوئی تین جرمانہ نہیں اطاعت دا تعلق دین نالے تے دین دے شعبے ترائے نے ایک دین بنان والا ایک پہنچان والا ایک بچان قرآن نے ترائے گئی نے اساں شیعہ کوئی اپنی مرضی اتنی گل ہے ساری دی ساری
ਗਾਲਾਂ ਕੱਢਣ ਨਾਲ ਤੁਸੀਂ ਬਈ ਫਿਰ ਨਹੀਂ ਗਾਲਾਂ ਕੱਢਾਂਗੇ ਉਹ ਕੱਢੀ ਜਾਓ ਜਿਤਨਾ ਦਿਲ ਲੈਣਗੇ ਅਤਾ ਤਾਂ ਤਰਾਈ ਨੇ ਗਾਲਾਂ ਕੱਢਣ ਨਾਲ ਘੱਟ ਲਈਆਂ ਦੀਨ ਬਣਾ ਨਾਲ ਅਗੋਂ ਤੁਸੀਂ ਬੋਲੋ ਉਜਾ ਬੋਲੋ ਅਤੇ ਦੀਨ ਉਹ ਬਚਾਉਣ ਵਾਲਾ ਕਿਹੜਾ ਅਤੇ ਜਿਹਨੇ ਜਾਨਾਂ ਪੁੱਤਰਾਂ ਦੀਆਂ ਦੇ ਕੇ ਸਭ ਕੁਛ ਦੇ ਕੇ ਅਤੇ ਦੀਨ ਬਚਾ ਕੇ ਤੇਰੇ ਵਿਹੜੇ 'ਚ ਪਹੁੰਚਾ ਦਿੱਤਾ ਉਹ ਤਾਂ ਇਕਰਾਰ ਕਰਨ ਲੱਗਿਆਂ ਮੌਤ ਕਿਉਂ ਪਾਉਂਦੀ ਮੇਜਰ ਅਜ਼ੀਜ਼ ਭੱਟੀ ਸਾਡੇ ਗੁਜਰਾਤ ਦੇ ਸਨ ਫਖਰੇ ਸਨ ਉਹਨਾਂ ਇਹ ਬਾਰਡਰ 'ਤੇ ਆਪਣੇ ਜਿਸਮ ਨਾਲ ਬੰਬ ਬਣ ਕੇ ਅਤੇ ਦੁਸ਼ਮਣ ਦੀਆਂ ਟੈਂਕਾਂ ਦੇ ਥੱਲੇ ਵੜ ਗਿਆ ਅਤੇ ਸਦਰ ਅਯੂਬ ਸੀ ਉਸੇ ਬਾਦਸ਼ਾਹ ਸਦਰ ਅਯੂਬ ਨੇ ਦਿੱਤਾ ਨਿਸ਼ਾਨੇ ਪੁੱਤਰਾਂ ਜਾਨਾ ਪੁੱਤਰਾਂ ਭੱਟੀ ਸਾਹਿਬ ਦੇ ਜਿਹੜੇ ਬੇਟੇ ਸਨ ਉਹਨਾਂ ਨੂੰ ਜਾਇਦਾਦਾਂ ਦਿੱਤੀਆਂ ਧੀਆਂ ਜਾਇਦਾਦਾਂ ਦਿੱਤੀਆਂ ਪ੍ਰੋਟੋਕੋਲ ਦਿੱਤਾ ਕਬਰ ਨੂੰ ਸਰੂਪ ਆਹ ਸੁਣੀ ਸ਼ੀਆ ਪਿਰਾ ਕੇ ਬੈਠਕ 'ਚੋਂ ਨਾਲੇ ਕੱਪ ਚਾਹ ਦਾ ਪੀ ਕੇ ਅਤੇ ਨਾਲੇ ਇਹ ਗੱਲ ਅਗਾਂ ਟੋਰੀਏ ਉਹ ਜਿਨ ਨਿਸ਼ਾਨੇ ਇੱਧਰ ਮਿਲਿਆ ਉਹਦੀਆਂ ਧੀਆਂ ਪੁੱਤਰਾਂ ਨੂੰ ਜਾਗੀਰਾਂ ਮਿਲੀਆਂ ਅਤੇ ਜਿਹੜਾ ਖੁਦ ਹੈਦਰ ਰਾਈ ਉਹਦੇ ਪੁੱਤਰ ਦਾ ਕਫਨ ਕੋਈ ਨਹੀਂ ਸਿਲਾ ਮਿਲਿਆ ਜਿੱਥੇ ਅੱਲਾ ਬੁਲਾਇਆ ਅਲੀ ਉੱਥੇ ਪਹੁੰਚਿਆ ਜਿੱਥੇ ਰਸੂਲ ਬੁਲਾਇਆ ਔਰ ਜੋ ਬੰਦੇ ਕੁਰਾਨ 'ਚੋਂ ਲਿਖਿਆ ਵੀ ਹਜ਼ੂਰ ਨੂੰ ਛੱਡ ਗਏ ਅਲੀ ਖੜ੍ਹੇ ਰਹੇ ਖੰਦਕ 'ਚੋਂ ਅਗਾਂ ਜਾਂਦਾ ਕੋਈ ਨਾ ਆਈ ਮੌਲਾ ਖੈਬਰ 'ਚੋਂ ਹੁਨੈਨ ਬਦਰ ਏਜ ਚਲੋ ਤਰਜੀਬ ਅੱਗੇ ਪਿੱਛੇ ਹੋ ਗਏ ਅੱਛਾ ਕੋਈ ਨਹੀਂ ਮਕਸਦ ਗੱਲ ਕਰਨਾ ਸੀ ਅੱਛਾ ਉਹ ਸਲੀਮ ਕੀ ਦਿੱਤਾ ਮੇਜਰ ਅਜ਼ੀਜ਼ ਭੱਟੀ ਜਾਨ ਦਿੱਤੀ ਨਿਸ਼ਾਨੇ ਅਤੇ ਖੁਦ ਹੈਦਰ ਨੂੰ ਕੀ ਮਿਲਾ ਇਸ ਗੱਲੋਂ ਮੈਂ ਨਾ ਕਿ ਅਹਿਲ ਸੁਨਤ ਸਾਡੇ ਪਿਰਾ ਨੇ ਗਲਤ ਫਹਿਮੀਆਂ ਨੇ ਪਿਰਾ ਰਲ ਕੇ ਬਵੀਏ ਅਸੀਂ ਇਕੱਠੇ ਹੋਈਏ ਇੱਕ ਤਬਲੀਗੀ ਜਿਹਾ ਮਾਹੌਲ ਬਣਾਈਏ ਇੱਕ ਦਾਨਾਈ ਦਾ ਮਾਹੌਲ ਬਣਾ ਕੇ ਅਤੇ ਜਿਹੜੀ ਕਮੀ ਹੈ ਉਸਨੂੰ ਦੂਰ ਕੀਤਾ ਐਸਾ ਤਾਂ ਨਾ ਹੋਵੇ ਇੱਕ ਬੰਦਾ ਮਹਿਲਾ ਤੁਹਾਡੀ ਜਾ ਜਾਏ ਤਾਂ ਕੋਈ ਜ਼ਿੰਦਗੀ ਭਰ ਆਵੇ ਹੀ ਨਹੀਂ ਸਮਝਾਉਣਾ ਤਾਂ ਤੁਸੀਂ ਤੁਸੀਂ ਪਿਆਰ ਨਾ ਸਮਝਾਓ ਤੁਸੀਂ ਗਾਲਾਂ ਕੱਢਣ ਲੱਗ ਪਏ ਮਾਰ ਮਾਰ ਕੇ ਔਲਾਦੇ ਅਲੀ ਔਲਾਦੇ ਅਲੀਨ ਯਕੀਨ ਕਰ ਜਾਓ ਕਿਤਾਬਾਂ ਅਗਰ ਇਸ ਮੇਜ਼ 'ਤੇ ਰੱਖ ਕੇ ਪੜ੍ਹਿਆ ਜਾਏ ਤਾਂ ਬੜਾ ਕੁਛ ਲਿਖੇ ਆ ਅਸੀਂ ਉਹਦੇ 'ਚੋਂ ਕੁਛ ਤਰਮੀਮ ਕਰਕੇ ਪੜ੍ਹਨੇ ਹਾਂ ਕੋਈ ਗੁੰਜਾਇਸ਼ ਕਰਕੇ ਜੋ ਕਿਤਾਬਾਂ 'ਚ ਲਿਖਿਆ ਨਾ ਮਨੋ ਅਨ ਅਸਾਂ ਅੱਜ ਤਾਈਂ ਤੁਹਾਡੇ ਸਾਹਮਣੇ ਪੜ੍ਹੀਏ ਹੀ ਉਹ ਥੋੜ੍ਹੇ ਜਿਹੇ ਅਲਫਾਜ਼ ਬਦਲ ਕੇ ਪੜ੍ਹ ਨਰਮ ਅਲਫਾਜ਼ ਰੱਖ ਕੇ ਪੜ੍ਹ ਬੜੇ ਹੀ ਮਾਰਿਆ ਨੇ ਬੜੇ ਹੀ ਮਾਰਿਆ ਮਾਰ 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 ਹਲਕਾ ਜਿਹਾ ਇਸ਼ਾਰਾ ਕਰ ਦਿੰਦਾ ਕਾਇਨਾਤ 'ਚੋਂ ਵਾਹਿਦ ਇਮਾਮ ਹੁਸੈਨ ਅਲੈਹਿ ਸਲਾਮ ਨੇ ਜਿਨ੍ਹਾਂ ਨੂੰ ਮਰਨ ਦੇ ਬਾਅਦ ਵੀ ਮਾਰਿਆ
غازی نے کو ضرب لگی شہید ہو گئے. امام حسین کو بڑا مارے ری جانا جی رسول کا پتر ہے خوشیاں کا پتر. جناب یعقوب دے یوسف نو ایک تماچا لگا امام حسین نو کتنا مارا امام حسین نو کتنا مارا. جناب یوسف نو جسے تماچا لگا ہے نا اسے وہ ماں دی قبر تے بیٹھے ہیں ماں دی قبر تے بیٹھے ہیں جسے پیراواں ویچ چھڑیا تے وہ مالک نام دا بندہ اپنے اوٹھ بٹھا کے لے جا رہا سی تے اگے ایک مقام تے کسے وجہ تو اٹھن بٹھایا گیا سہی کڈن واسطے. تو چونکہ جناب یوسف غلام ہو چکے سن اس وقت دیا رسماں تو نہیں پتا بھی غلام تے کی سختی ہوتی سی. تو جناب یوسف ویکھیا بھی سامنے ماں دی قبر ہے. تو جناب یوسف ماں دی قبر تے جا کے بیٹھے تو حبشی غلام آیا تے انہیں آ کے جسے تماچا ماریا تو وہ جڑا ہاتھ آئی نا وہ اتھے ہی چل ہو گیا پتھر. وہ جا کے تے مالک نوں دسیا وہ مالک بھی سی تو وہ نام بھی مالک جڑا کتاب ہے انہیں کہا جی میں اس بچے نوں یہ نسن لگا سی تے میں ان تماچا ماریا تے میرا آ حال ہو گیا. اس کیا ہے یا نبی ہے یا ولی ہے تے خدا تو برداشت نہیں ہویا ہوں ٹور وہ جیسے کہے تے جناب یوسف دے وہ جڑیا انگلیاں آننا کہنے لگے بھی تین اس ماریا ہے تے تو نسیا کیوں ہے تے نہیں پتا بھی غلام نہیں نس سکتا. تو جناب یوسف نے کہا میں قسم دینا میں کدو نسیا میری تے ماں دی قبر ہے تو میں ماں دی قبر تے سلام کر گیا اس میں پوچھی ہی نہیں تھی اس میں نہ کہ تماچا ماریا اخیر معاف کر دے فرمایا میں معاف ان کر دینا میرا اللہ ان معاف کر دے. وہ پھر وہ ہاتھ ٹھیک ہو گیا مگر جناب یوسف روندے گئے ہوں مالک شرمندہ بھائی یہ بچہ چپ نہیں کرتا میں گل یاد ہے. وہ پھر مالک نے کہا جیسے شہر چلاں گا میں تیرے نویں قمیض لے دیا گا میں تیرے اے لے دیا گا میں تیرے ہو لے دیا گا دلاسے دیندا آیا جیسے دلاسے دیندا آیا تو جناب یوسف پھر بھی روندے رہے. اخیر وہ جڑا مالک آئی اس کہا بھائی ہوں میں تیرے بڑا کچھ آخیا ہے تو چپ کیوں نہ کرتا. تو جناب یوسف نے ڈھا مار کے آخیا میں نے 100 تماچا بھی مار دانا تے کوئی ایڈی گل نہیں میں دکھ ہے اس میں ماں دی قبر تے مار ہوں جہاں بندہ شیا ہے تو شیاں کے گھر جمع ہے تو ماں کی جھولی چمائی کا سن لگا وہ بہن نہ آیا میں سید ہاں میں دکھ لگ جائے گا. یوسف نو تماچا ماں کے سامنے نہیں ماں کی قبر سے ماریا گیا ہے سجاد کے سامنے سکینہ نے ماریا بس اتنا ہی پڑھنا ہے مار 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 کے مرن دے بعد ماریا فجر تو لے کے دیر تک یزید دی فوج دا بندہ کوئی نہیں جدا ہاتھ ہووے تو حسین جدکہ جناب داؤد علیہ السلام توجہ نہ سن لیا جی اللہ دے نبی گزرے نے جناب داؤد علیہ السلام
انہاں دے دو معجزے آن، ایک انہاں دی آواز معجزہ سی، اللہ نے آسان سوت لینے دا دی، اور دوسرا انہاں دے ہتھاں چ جڑا لویا ہے نا منہ، یعنی کوئی جویں چان آئی جو گلی مٹی نہیں موڑی دا، یہ جو مول لیں گے دو معجزے. باقی نبی سارے ہی معجزہ ہوتا ہے لیکن یہ مشہور ہو. انہوں کی عمر ظالم بڑی سی، بہت یعنی کہ حد، ہوں میں تمہیں کیویں سمجھا سکتا، بڑے ہی ظلم کر، میں تمہیں لڑن لگیا کوئی شاید ویندے تو جناب داؤد نے بلا کے کیا میں تمہیں بد دعا کروں گا، تھی ظلم تو بعد نہیں آتے. انہیں کہا جی بد دعا نہ کرو، کوئی گلا منوا لو. تو جناب داؤد علیہ السلام کیا ترے گلا ہوں منو نہیں تو میں بد دعا کراں گا. انہیں کہا کیڑی کیڑی؟ تو جناب داؤد علیہ السلام فرمایا تھی لڑن لگے ہاں چھوٹا وڈا نہیں پہنتے، تمہیں تمیز ہی مک جاتی ہے، وشی ہو جاتے ہو، جی میں شیر کیتا وہ جانور جڑا کے آیا چھوٹا آیا وڈا آیا پھڑ لیا، تھی وشی ہو گئے ہو، انسان نہ ہو رہا. انہیں کہا جی منواؤ. تو جناب داؤد کیا بھی قسم چاؤ آئندہ دودھ پیندا بچہ نہیں مارا. انہیں جنہوں سمجھ آ گئی، یعنی کہ کربلا سامنے رکھ کے جناب اللہ نے ہر نبی کربلا بچائی. کس وقت تمہیں کربلا سے دو تر تقریر سنا گا، آخو گے بھی آئی تھنک کسی نہیں سنا. انہیں کہا ٹھیک ہے جی دودھ پیندا بچہ نہیں مارا. دوسرا فرمایا اگر لڑدیاں لڑدیاں اچانک اگے سیریاں آ گئے، انہیں کہا جی ٹھیک نہیں. تو جناب داؤد بڑے ہی رونے تے ڈھا مار کے آدھے نے اگر پیو پیا مریضا ہوئے لہذا عربا نے اپنے اپنے قبیلیاں چ یہ رسم قائم کر دیتی، بچہ نہیں مارنا، سیرے والا نہیں مارنا، جی دے سامنے مکے دے بازار جو حضور کرو نکلے تے ابو جہل ابو لہب ابو سفیان اتبا اتبا وغیرہ نے گل جو کپڑا پا لیا تے پھا دیتا، تو حضور دی سانس رک گئی. کسے بندے کہا سا محمد نو قتل کر دیتا ہے تو چون سالاں دی بطول میرے گھروں ماں دا برقع پا کے تے بی بی بھرے بازار جو آ کے آدھی ہے میرے بابے نہ مارو میرا بھائی ہوئی، میرے بابے نہ مارو میرا بھائی ہوئی. ابو جہل بولیا اس نے کہا بھی چھڑ دیو کپڑا کل جو کر لو، دھی آ گئی ساڈے پیو دادے دی رسم ہے اسی دھی دے سامنے پیو. تو حضور گھر آئے تو جناب خدیجہ پوچھا بتی پہنچ گئی آئے، تو فرمایا تیج پہنچی ہے جی میں ماوا میں تھوڑی دعاواں جڑیاں تو سامنے چھ سات سال نیازاں دیتیاں نے مجلس کے بعد نیاز جڑی دے رہے ہو وہ میں رسول دی تھی دا روزہ مکمل کر لیا پنڈی بٹیاں زیارت لوگ آ رہے ہیں لاہور تو زیادہ لوگ تو آ ہی لاہور جو رہے ہیں شبی جنت البقیع یہ بی بی پاک دا روزہ ہی جڑا 1926 چ گرایا گیا سی وہ میں اس سے نقشے چینا وہ بی بی دی زیارت تے اے مینا بی 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 دی شہادت لئی ہے اے جڑا کل چن چڑھے گا تو اس بہتر ہے پھر تھی اتنے جا کے سلام بی بی دا. کربلا چ دودھ پیندا بھی ماریا سینے آ بھی
ਤੇ ਸ਼ਿਮਰ ਮਾਰਨ ਆ ਗਿਆ ਤੇ ਧੀ ਛੁਡਵਾਇਆ। ਸੱਤ ਜ਼ਰਬਾਂ ਸ਼ਿਮਰ ਮਾਰੀਆਂ, ਇਮਾਮ ਹੁਸੈਨ ਅਲੈਹਿ ਸਲਾਮ ਨੂੰ ਜ਼ਖਮ ਨਹੀਂ ਹੋਇਆ, ਇਮਾਮ ਹੁਸੈਨ ਦਾ ਖੂਨ ਨਹੀਂ ਨਿਕਲਿਆ, ਸ਼ਿਮਰ ਦੇ ਹੱਥੋਂ ਖੰਜਰ ਢਹਿ ਪਿਆ। ਇਮਾਮ ਹੁਸੈਨ ਦਿਨ ਮਾਰ ਤੇਰਾ ਗਿਆ ਕੁਝ ਨਹੀਂ, ਮੇਰਾ ਰਿਹਾ ਨਹੀਂ। ਸ਼ਿਮਰਾਂ ਦਾ ਮੈਂ ਸਾਰਾ ਜ਼ੋਰ ਲਾ ਕੇ ਮਾਰਨਾ, ਤੈਨੂੰ ਜ਼ਖਮ ਨਹੀਂ ਹੁੰਦਾ। ਇਮਾਮ ਹੁਸੈਨ ਫਰਮਾਇਆ, ਸਿਰਫ ਤੈਨੇ ਦੱਸਣਾ ਹੀ ਮੈਂ ਮਜ਼ਲੂਮ ਹਾਂ, ਮਜ਼ਬੂਰ ਮੈਂ, ਹੁਜਤ ਖੁਦਾ ਹਾਂ। ਅਗਰ ਛੁਰੀ ਦਾਦੇ ਇਸਮਾਈਲ ਦੇ ਗੱਲ 'ਤੇ ਰੁਕ ਸਕਦੀ ਹੈ ਤਾਂ ਇੱਥੇ ਖੰਜਰ ਵੀ ਰੁਕ ਸਕਦਾ, ਮਗਰ ਮੈਂ ਮੰਜ਼ਲੇ ਇਸ਼ਕੇ ਜਾਣਾ ਚਾਹੁੰਦਾ। ਚੱਲ ਉਠਾ ਖੰਜਰ, ਮਾਰ ਜ਼ਰਬ, ਕੀ ਯਾਦ ਕਰ ਸੇ ਕਿਸੇ ਸ਼ਰੀਫ ਨਾਲ ਵਾਹ ਪਿਆ। ਜਿਹੜਾ ਬੰਦਾ ਸ਼ੀਆ ਹੈ, ਸ਼ੀਆਂ ਦੇ ਘਰ ਜਮਿਆ ਹੈ, ਮਾਂ ਦੀ ਜੋਰੀ ਜਮਾਈ ਸੁਣਨ ਲੱਗਾ ਹੈ, ਉਹਦਾ ਵਹਿਣ ਨਾ ਆਇਆ, ਮੈਨੂੰ ਲੱਗੇਗਾ ਸ਼ਿਮਰ ਜੇ ਅੱਠਵੀਂ ਜ਼ਰਬ ਮਾਰਨ ਲੱਗਾ ਨਾ। ਇਮਾਮ ਹੁਸੈਨ ਦੇ ਤੱਸੇ ਲਾਬੇ ਲਈ ਫਰਮਾਇਆ, ਅੰਮਾ ਅੱਛਾ ਅੰਮਾ ਮੈਂ ਰਾਜ਼ੀ ਹਾਂ। ਜ਼ਰਬਾਂ ਚੱਲਦੀਆਂ ਆਈਆਂ, ਨਬੀ ਹੱਸਦੇ ਗਏ, ਹੁਸੈਨ ਬਾਦਸ਼ਾਹ ਦੀ ਧੀ ਦਰੋਈਆਂ ਦੇ ਲਈ ਰਹੀ ਹੈ, ਛੁਡਾਵਣ ਕੋਈ ਨਹੀਂ ਆ। ਯਾਰਵੀਂ ਜ਼ਰਬ ਤੇ ਸੈਯਦਾ ਦੀ ਆਪਣਾ ਗੱਲ ਪਿਓ ਦੇ ਗੱਲ ਤੇ ਚੱਲ, ਤੇ ਵਾਲੀ ਸ਼ਿਮਰ ਆਖਿਆ ਸਰ ਜਾ ਆਦੀ ਰੱਲੇ ਮਾਂ ਮੈਂ ਬਾਬੇ ਦੇ
ڈاکٹر دا اوتے گیا ہے جتھے حضرت عباس دی لاش پئی ہے اس ویا جی حرکت کیتی جڑی عباس دے پتر فضل تو بردار فضل منہ تے تماچے مار دا اوتے آیا ہے جتھے معصوماں بھی رو گئی شاعر نے منظر لے آندا ہے ریا پچھدا فضل سکینہ تو Thank you.